ਦੋਸਤੋ, ਇੱਕ ਅਕਸਰ ਹੀ ਗੱਲ ਅਸੀਂ ਕਰਦੇ ਹਾਂ ਕਿ ਅਸੀਂ ਧਰਮ ਕਰਮ ਬਹੁਤ ਕਰਦੇ ਹਾਂ, ਪਾਠ ਪੂਜਾ ਬਹੁਤ ਕਰਦੇ ਹਾਂ, ਪਰ ਰੱਬ ਸਾਡੀ ਉਸ ਕਿਸਮ ਨਾਲ ਅਰਦਾਸ ਨਹੀਂ ਸੁਣਦਾ ਜਿੱਦਾਂ ਅਸੀਂ ਰੱਬ ਨੂੰ ਕਹਿਣਾ ਚਾਹੁੰਦੇ ਹਾਂ। ਰੱਬ ਸਾਡੀ ਨਹੀਂ ਮੰਨਦਾ। ਜਦੋਂ ਰੱਬ ਨਹੀਂ ਮੰਨਦਾ ਤਾਂ ਅਸੀਂ ਕਈ ਵਾਰੀ ਬਲੇਮ ਵੀ ਕਰਨ ਲੱਗ ਜਾਂਦੇ ਹਾਂ, ਦੋਸ਼ੀ ਬਣਾਉਣ ਲੱਗ ਜਾਂਦੇ ਰੱਬ ਨੂੰ ਕਿ ਰੱਬ ਤਾਂ ਦੇਖ ਲਓ ਜੀ ਜਿਹੜੇ ਗਲਤ ਬੰਦੇ ਨੇ ਜਾਂ ਜਿਹੜੇ ਮਾੜੇ ਕੰਮ ਕਰਦੇ ਆ ਰੱਬ ਉਹਨਾਂ ਦੀ ਵੱਧ ਸੁਣਦਾ, ਸਾਡੀ ਨਹੀਂ ਸੁਣਦਾ। ਅਸੀਂ ਤਾਂ ਮਾੜਾ ਕੰਮ ਕਦੇ ਕਰਦੇ ਨਹੀਂ, ਅਸੀਂ ਹਮੇਸ਼ਾ ਦਾਨ ਪੁੰਨ ਕਰਦੇ ਹਾਂ, ਸੇਵਾ ਕਰਨ ਦੀ ਕੋਈ ਲੋੜਵੰਦ ਹੋਵੇ ਉਹਨੂੰ ਉਦੋਂ ਪੈਸੇ ਦਿੱਤੇ ਜਾਂ ਉਹਦੀ ਮਦਦ ਕਿਸੇ ਨਾ ਕਿਸੇ ਤਰੀਕੇ ਕੀਤੀ, ਪਰ ਫਿਰ ਵੀ ਸਾਡੀ ਰੱਬ ਨਹੀਂ ਸੁਣਦਾ। ਹੁਣ ਗੱਲ ਕੀ ਇੱਥੇ ਸਮਝਣ ਵਾਲੀ ਕਿ ਜਦੋਂ ਰੱਬ ਸਾਡੀ ਨਹੀਂ ਸੁਣਦਾ ਫਿਰ ਅਸੀਂ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਹਾਂ, ਹੋਰ ਅਗਰੈਸਿਵ ਹੋ ਜਾਂਦੇ ਹਾਂ, ਫਿਰ ਅਸੀਂ ਜਿੱਦ ਕਰਨ ਲੱਗ ਜਾਂਦੇ ਹਾਂ ਰੱਬ ਦੇ ਨਾਲ ਵੀ ਹੁਣ ਧੱਕੇ ਨਾਲ ਸੁਣਾ ਕੇ ਹਟਾਂਗੇ, ਫਿਰ ਅਸੀਂ ਹੋਰ ਜ਼ਿਆਦਾ ਪਾਠ ਪੂਜਾ ਧਰਮ ਕਰਮ ਜਾਂ ਕਈ ਚੀਜ਼ਾਂ ਕਰਨ ਲੱਗ ਜਾਂਦੇ ਜਿਹਦੇ ਨਾਲ ਜਿਹੜੀ ਸਾਡੀ ਅਰਦਾਸ ਫਿਰ ਵੀ ਪੂਰੀ ਨਹੀਂ ਹੁੰਦੀ, ਫਿਰ ਅਸੀਂ ਗੁੱਸੇ 'ਚ ਵੀ ਉਹਨੇ ਰੱਬ ਨਾਲ ਨਾਰਾਜ਼ਗੀ ਵੀ ਜ਼ਾਹਰ ਕਰਦੇ ਹਾਂ। ਹੁਣ ਇੱਥੇ ਗੱਲ ਕੀ ਹੈ ਸਮਝਣ ਵਾਲੀ ਕਿ ਜਿਸ ਸਿਸਟਮ ਦੇ ਵਿੱਚ ਅਸੀਂ ਕਈ ਵਾਰ ਉਲਝ ਜਾਂਦੇ ਹਾਂ ਉਹ ਇੱਕ ਤਰ੍ਹਾਂ ਦੀ ਦਲਦਲ ਆ। ਦਲਦਲ ਦੇ ਵਿੱਚੋਂ ਨਿਕਲਣ ਦਾ ਇੱਕ ਖਾਸ ਤਰੀਕਾ ਹੁੰਦਾ ਹੈ। ਜਿੰਨਾ ਅਸੀਂ ਦਲਦਲ ਦੇ ਵਿੱਚ ਹੱਥ ਪੈਰ ਮਾਰੀ ਜਾਵਾਂਗੇ ਅਸੀਂ, ਸਾਨੂੰ ਦਲਦਲ ਨੇ ਉਨਾ ਹੀ ਅੰਦਰ ਨੂੰ ਖਿੱਚੀ ਜਾਣਾ, ਸਾਡਾ ਨਿਕਲਣ ਦਾ ਕੋਈ ਚਾਂਸ ਬਣਨਾ ਹੀ ਨਹੀਂ ਹੈ। ਸੋ ਇਹ ਵੀ ਇੱਕ ਤਰ੍ਹਾਂ ਦਾ ਸਿਸਟਮ ਕ੍ਰੀਏਟ ਹੋ ਜਾਂਦਾ ਹੈ। ਜਦੋਂ ਅਸੀਂ ਕਈ ਚੀਜ਼ਾਂ ਦੇ ਵਿੱਚ ਡਿਮਾਂਡ ਰੱਖਦੇ ਹਾਂ, ਸਾਡੀ ਪੂਰੀ ਨਹੀਂ ਹੁੰਦੀ, ਫਿਰ ਅਸੀਂ ਰੱਬ ਨਾਲ ਜਿੱਦਾਂ ਕਰਨ ਲੱਗ ਜਾਂਦੇ ਹਾਂ। ਹੁਣ ਇੱਥੇ ਗੱਲ ਸਮਝਣ ਵਾਲੀ ਕੀ ਹੈ, ਮੈਂ ਬੜੇ ਸੌਖੇ ਤਰੀਕੇ ਨਾਲ ਗੱਲ ਸਮਝਾਉਂਦਾ ਕਿ ਜਿਵੇਂ ਬੱਚਿਆਂ ਦਾ ਸੁਭਾਅ ਤੁਸੀਂ ਅਕਸਰ ਦੇਖਿਆ ਹੋਗਾ ਕਿ ਬੱਚੇ ਜਿਹੜੀ ਚੀਜ਼ ਵੀ ਫੜ ਲੈਂਦੇ ਆ ਜਾਂ ਜਿਹੜੀ ਚੀਜ਼ ਦੇਖਦੇ ਉਹਨੂੰ ਛੇਤੀ ਨਾਲ ਖਿੱਚ ਆਪਣੇ ਵੱਲ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਆ, ਭਾਵ ਕਿ ਖੋਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਬੱਚੇ ਕੋਈ ਚੀਜ਼ ਖੋਹਦੇ ਆ ਤਾਂ ਆਪਾਂ ਉਹਨਾਂ ਕੋਲ ਵਾਪਸ ਖਿੱਚਦੇ ਹਾਂ। ਇਸੇ ਤਰੀਕੇ ਨਾਲ ਕਈ ਬੱਚੇ ਜਿਹੜੇ ਹੋਣਗੇ ਉਹ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਕਿਸੇ ਚੀਜ਼ ਦੇ ਵਿੱਚ, ਉਹ ਆਪਣਾ ਮਸਤ ਰਹਿੰਦੇ ਆ, ਤਾਂ ਅਸੀਂ ਉਹਨਾਂ ਨੂੰ ਚੀਜ਼ਾਂ ਔਫਰ ਕਰਦੇ ਹਾਂ ਕਿ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਖੇਡਣ ਲਈ ਤਾਂ ਕਿ ਬੱਚਾ ਉਹ ਖੇਡਦਾ ਰਹੇ, ਹੈ ਨਾ। ਚਾਹੇ ਉਹ ਆਪਣੇ ਆਪ ਦੇ ਵਿੱਚ ਮਸਤ ਵੀ ਆ, ਪਰ ਅਸੀਂ ਉਹਨੂੰ ਤਾਂ ਵੀ ਚੀਜ਼ਾਂ ਔਫਰ ਕਰਦੇ ਹਾਂ ਵੀ ਉਹਨੂੰ ਤਾਂ ਕਿ ਹੋਰ ਵਧੀਆ ਤਰੀਕੇ ਨਾਲ ਆਪਣਾ ਐਂਟਰਟੇਨਮੈਂਟ ਕਰ ਸਕੇ। ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ, ਇਹ ਖਾਲਸਾ ਏਡ ਦੇ ਰਵੀ ਸਿੰਘ ਨੇ, ਤਕਰੀਬਨ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ। ਇਹਦੇ ਵਿੱਚ ਰਵੀ ਸਿੰਘ ਦੇ ਜਿਹੜੀ ਦਾੜੀ ਆ ਉਹਦੇ ਨਾਲ ਬੱਚੇ ਖੇਡ ਰਹੇ ਨੇ, ਬੱਚੇ ਇੰਜੋਏ ਕਰ ਰਹੇ ਨੇ, ਔਰ ਰਵੀ ਸਿੰਘ ਵੀ ਉਸ ਟਾਈਮ ਨੂੰ ਉਸ ਸਮੇਂ ਨੂੰ ਇੰਜੋਏ ਕਰ ਰਿਹਾ ਬੱਚਿਆਂ ਦੇ ਨਾਲ। ਪਰ ਜੇ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਜੇ ਬੱਚੇ ਰਵੀ ਸਿੰਘ ਦੀ ਦਾੜੀ ਨੂੰ ਖਿੱਚਣ ਦੀ ਕੋਸ਼ਿਸ਼ ਕਰਨਗੇ ਤਾਂ ਸਾਰਾ ਮਾਹੌਲ ਹੀ ਤਣਾਅਪੂਰਨ ਹੋ ਜੂਗਾ। ਹੁਣ ਤਾਂ ਉਹਨਾਂ ਦੇ ਆਲੇ ਦੁਆਲੇ ਆਪਾਂ ਦੇਖ ਸਕਦੇ ਹਾਂ ਕਿ ਲੋਕ ਵੀ ਹੱਸ ਰਹੇ ਨੇ, ਜਿਹੜਾ ਕੋਈ ਵੀ ਆਲੇ ਦੁਆਲੇ ਖੜਾ ਉਹਨਾਂ ਦੇ, ਉਹ ਸਾਰੇ ਲੋਕ ਇੰਜੋਏ ਕਰ ਰਹੇ ਨੇ ਬੱਚਿਆਂ ਦੀ ਇਸ ਜਿਹੜੀ ਆ ਕੋਮਲਤਾਈ ਨੂੰ ਲੈ ਕੇ। ਜੇ ਅਸੀਂ ਉੱਥੇ ਬੱਚਾ ਦੇ ਕੋਲ ਖਿੱਚੇਗਾ ਫਿਰ ਸਾਰੀ ਗੱਲਬਾਤ, ਮਤਲਬ ਜਿਹੜੇ ਹਾਸਾ ਆ ਉਹ ਥੋੜ੍ਹਾ ਜਿਹਾ ਸੀਰੀਅਸ ਹੋ ਜਾਏਗਾ, ਖੁਸ਼ੀ ਦਾ ਮਾਹੌਲ ਜਿਹੜਾ ਉੱਥੇ ਨਹੀਂ ਰਹੇਗਾ। ਹੁਣ ਇੱਥੇ ਗੱਲ ਕੀ ਸਮਝਣ ਵਾਲੀ ਹੈ ਕਿ ਜਦੋਂ ਆਪਾਂ ਚੀਜ਼ਾਂ ਖੋਹਨੇ ਆ ਨਾ, ਕੁਦਰਤ ਵੀ ਸਾਡੇ ਤੋਂ ਚੀਜ਼ਾਂ ਵਾਪਸ ਖੋਹਣ ਦੀ ਕੋਸ਼ਿਸ਼ ਕਰਦੀ ਹੈ, ਈਵਨ ਕਿ ਖੋ ਹੀ ਲੈਂਦੀ ਹੈ। ਸਾਡੇ ਤੋਂ ਚੀਜ਼ਾਂ ਉਨੀਆਂ ਹੀ ਦੂਰ ਜਾਂਦੀਆਂ ਜਿੰਨਾ ਅਸੀਂ ਜਿੱਦ ਕਰਦੇ ਹਾਂ। ਹੁਣ ਇੱਥੇ ਗੱਲ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਤਾਂ ਕਦੇ ਕੋਈ ਚੀਜ਼ ਖੋਈ ਨਹੀਂ, ਅਸੀਂ ਹਮੇਸ਼ਾ ਹੀ ਧਾਰਮਿਕ ਕਰਮ ਕੀਤੇ ਆ ਜਾਂ ਦਾਨ ਪੁੰਨ ਕੀਤਾ, 100 ਗੱਲਾਂ ਇਹੋ ਜਿਹੀਆਂ ਅਸੀਂ ਕਹਿ ਦਾਂਗੇ ਵੀ ਅਸੀਂ ਚੀਜ਼ ਨਹੀਂ ਖੋਈ ਕੋਈ। ਹੁਣ ਚੀਜ਼ ਖੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਫਿਜ਼ੀਕਲੀ ਹੀ ਚੀਜ਼ ਖੋਣੀ, ਵੀ ਕਿਸੇ ਨਾਲ ਹੱਥ ਨਾਲ ਹੀ ਆਪਣੇ ਵੱਲ ਨੂੰ ਖਿੱਚ ਕੇ ਲੈ ਕੇ ਆਉਣਾ। ਅਸੀਂ ਇਹਦੇ ਦੋ ਤਰੀਕੇ ਹੁੰਦੇ, ਇੱਕ ਤਾਂ ਫਿਜ਼ੀਕਲੀ ਆਪਾਂ ਖੋਲੀ, ਇੱਕ ਹੁੰਦਾ ਮੈਂਟਲੀ, ਮਤਲਬ ਆਪਾਂ ਮਾਨਸਿਕ ਤੌਰ 'ਤੇ ਵੀ ਕੋਈ ਚੀਜ਼ ਆਪਣੇ ਵੱਲ ਨੂੰ ਖਿੱਚਦੇ ਹਾਂ, ਖੋਹ ਲੈਂਦੇ ਹਾਂ, ਜਿਹਦਾ ਕਿ ਨੈਗੇਟਿਵ ਅਸਰ ਸਾਡੇ ਕੀਤੇ ਕਰਾਏ ਕੰਮਾਂ 'ਤੇ ਪੈਂਦਾ ਹੈ। ਹੁਣ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਨਹੀਂ ਖੋਈ, ਹੈ ਨਾ, ਵੀ ਅਸੀਂ ਤਾਂ ਪਾਠ ਪੂਜਾ ਹੀ ਕਰਦੇ ਹਾਂ, ਅਸੀਂ ਤਾਂ ਚੰਗੇ ਕੰਮ ਕਰਦੇ ਹਾਂ, ਪਰ ਫਿਰ ਵੀ ਸਾਡੀ ਗੱਲ ਨਹੀਂ ਬਣਦੀ। ਇੱਥੇ ਕੁਛ ਚੀਜ਼ਾਂ ਸਮਝਣ ਵਾਲੀਆਂ ਨੇ। ਮਿਸਾਲ ਦੇ ਤੌਰ 'ਤੇ ਜਿਵੇਂ ਕੋਈ ਮਜ਼ਦੂਰ ਆ, ਉਹ ਜਦੋਂ ਕਿਤੇ ਮਜ਼ਦੂਰੀ ਕਰਦਾ ਤਾਂ ਇੱਕ ਡਰ ਦੇ ਨਾਲ ਮਜ਼ਦੂਰੀ ਕਰਦਾ ਕਈ ਵਾਰ, ਬਹੁਤੀ ਵਾਰ, ਕਿ ਮੰਨ ਲਓ ਹੁਣ ਦਿਹਾੜੀ ਉਹਨੇ ਕੰਮ ਕਰਨਾ ਸਾਰਾ ਦਿਨ, ਤਾਂ ਉਹ ਫਿਰ ਕੰਮ ਨੂੰ ਇੰਨਾ ਸਲੋਅ ਕਰਦਾ ਕਿ ਉਹਨੂੰ ਲੱਗਦਾ ਕਿ ਜੇ ਮੈਂ ਕੰਮ ਜਲਦੀ ਖਤਮ ਕਰ ਦਿੱਤਾ ਤਾਂ ਮੈਨੂੰ ਪੈਸੇ ਥੋੜ੍ਹੇ ਮਿਲਣੇ ਆ।
ਉਹ ਇਸ ਡਰ ਦੇ ਨਾਲ ਬਹੁਤ ਜ਼ਿਆਦਾ ਸਲੋਅ ਕੰਮ ਕਰੂਗਾ ਤਾਂ ਕਿ ਸ਼ਾਮ ਨੂੰ ਜਿਹੜਾ ਉਹਨੂੰ ਮਜ਼ਦੂਰੀ ਹੈ ਜਿਹੜੀ ਪੂਰੀ ਦਿਹਾੜੀ ਦੇ ਹਿਸਾਬ ਨਾਲ ਉਹਨੂੰ ਪੈਸੇ ਮਿਲ ਜਾਣ। ਕੋਈ ਆਫਿਸਰ ਆ ਉਹ ਡਰਿਆ ਹੁੰਦਾ ਆ, ਉਹ ਰਿਸ਼ਵਤ ਲੈਣੀ ਸ਼ੁਰੂ ਕਰ ਦਿੰਦਾ, ਉਹਨੂੰ ਐਂ ਲੱਗਦਾ ਕਿ ਜੇ ਮੈਂ ਰਿਸ਼ਵਤ ਨਹੀਂ ਲਈ ਮੇਰੇ ਬੱਚਿਆਂ ਦਾ ਫਿਊਚਰ ਕਿਵੇਂ ਬਣੂਗਾ, ਜੇ ਮੈਂ 4 ਪੈਸੇ ਜੋੜੇ ਵੀ ਨਾ ਮੇਰੀ 50,000-1,00,000 ਰੁਪਇਆ ਸੈਲਰੀ, ਅੱਜ ਕੱਲ੍ਹ ਪੜ੍ਹਾਈ ਬਹੁਤ ਜ਼ਿਆਦਾ ਮਹਿੰਗੀ ਹੋ ਗਈ, ਮੈਂ ਆਪਣਾ ਘਰ ਵੀ ਬਣਾਉਣਾ, ਬਹੁਤ ਪਲੈਨਿੰਗਾਂ ਕਰਦੇ ਆ। ਉਸ ਡਰ ਦੇ ਵਿੱਚੋਂ ਫਿਰ ਉਹ ਰਿਸ਼ਵਤ ਲੈਣੀ ਸ਼ੁਰੂ ਕਰ ਦਿੰਦਾ ਹੈ। ਕੋਈ ਟੀਚਰ ਆ, ਉਹ ਕਈ ਟੀਚਰਾਂ ਨੂੰ ਮੈਂ ਜਾਣਦਾ ਹਾਂ ਜਿਹੜੇ ਦਬਾਅ ਪਾਉਂਦੇ ਨੇ ਬੱਚਿਆਂ ਦੇ ਉੱਪਰ ਕਿ ਅਸੀਂ ਸਾਡੇ ਤੋਂ ਟਿਊਸ਼ਨ ਪੜ੍ਹੋ ਨਹੀਂ ਤਾਂ ਤੁਹਾਨੂੰ ਫੇਲ ਕਰ ਦਾਂਗੇ। ਮੈਨੂੰ ਕਈ ਸਟੂਡੈਂਟਸ ਨੇ ਇੱਦਾਂ ਦੱਸਿਆ ਵੀ ਆ ਕੇ। ਹੁਣ ਇਹ ਕੀ ਸਾਰਾ ਇੱਕ ਡਰ ਆ, ਅਸੀਂ ਚੀਜ਼ਾਂ ਖੋ ਰਹੇ ਹਾਂ, ਮਜ਼ਦੂਰ ਨੇ ਉਹ ਕੰਮ 2 ਘੰਟੇ ਪਹਿਲਾਂ ਵੀ ਖਤਮ ਕਰ ਸਕਦਾ ਸੀ, ਪਰ ਉਹ ਡਰਿਆ ਹੋਇਆ ਜਾਂ ਉਹਨੇ ਇਨਡਾਇਰੈਕਟ ਵੇ ਦੇ ਨਾਲ ਅਸਿੱਧੇ ਤੌਰ 'ਤੇ ਚੀਜ਼ ਨੂੰ ਮਜ਼ਦੂਰੀ ਨੂੰ ਖੋਇਆ। ਜਿਹੜਾ ਆਫਿਸਰ ਆ ਉਹ ਰਿਸ਼ਵਤ ਲੈ ਰਿਹਾ, ਉਹਨੇ ਪੈਸਾ ਆਪਣੇ ਵੱਲੋਂ ਖੋਇਆ, ਮਜਬੂਰ ਕਰਕੇ ਲੋਕਾਂ ਤੋਂ ਰਿਸ਼ਵਤ ਲਈ। ਜਿਹੜਾ ਟੀਚਰ ਆ ਉਹ ਸਟੂਡੈਂਟਸ ਨੂੰ ਮਜਬੂਰ ਕਰ ਰਿਹਾ ਕਿ ਤੁਸੀਂ ਮੇਰੇ ਤੋਂ ਟਿਊਸ਼ਨ ਪੜ੍ਹੋ ਤਾਂ ਹੀ ਤੁਸੀਂ ਪਾਸ ਹੋਵੋਗੇ, ਇੱਦਾਂ ਦੀਆਂ ਗੱਲਾਂ ਇਹ ਇੱਕ। ਸੋ ਇਹ ਇਗਜ਼ਾਮਪਲਾਂ ਦੀ ਜਿਹੜੀ ਲਿਸਟ ਆ ਬੜੀ ਲੰਬੀ ਚੌੜੀ ਬਣਾਈ ਜਾ ਸਕਦੀ ਆ, ਰਾਜਨੀਤੀ ਦੇ ਵਿੱਚੋਂ, ਹੈਲਥ ਦੇ ਵਿੱਚੋਂ, ਸੋਸ਼ਲ ਸਿਸਟਮ ਦੇ ਵਿੱਚੋਂ ਬਹੁਤ ਕੁਛ ਅਸੀਂ ਕੱਢ ਸਕਦੇ ਹਾਂ, ਜਿਹਨਾਂ ਨੂੰ ਇੱਕ ਬੜੀ ਲੰਬੀ ਚੌੜੀ ਇਗਜ਼ਾਮਪਲਾਂ ਹੀ ਆਪਾਂ ਦੇ ਸਕਦੇ ਹਾਂ। ਪਰ ਆਪਾਂ ਖੈਰ ਅੱਗੇ ਵੱਧਦੇ ਹਾਂ। ਹੁਣ ਜਦੋਂ ਅਸੀਂ ਕੰਮ ਕਰਦੇ ਹਾਂ ਜਾਂ ਕੋਈ ਬਿਜ਼ਨਸ ਕਰਦੇ ਹਾਂ ਜਾਂ ਕੋਈ ਜੌਬ ਵੀ ਕਰਦੇ ਹਾਂ ਤਾਂ ਉੱਥੇ ਸਾਨੂੰ ਡਰ ਵੀ ਕਿਸ ਚੀਜ਼ ਦਾ ਰਹਿੰਦਾ ਆ, ਉੱਥੇ ਵੀ ਇੱਕ ਗੱਲ ਸਮਝਣ ਵਾਲੀ ਬੜੀ ਜ਼ਰੂਰੀ ਆ ਕਿ 2 ਚੀਜ਼ਾਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਆ ਕਰਤਾ, ਕ੍ਰੀਏਟਿਵ, ਇੱਕ ਹੁੰਦਾ ਕੰਪੀਟੀਟਰ, ਕੰਪੀਟੀਸ਼ਨ ਦੇ ਵਿੱਚੋਂ ਨਿਕਲਿਆ ਹੋਇਆ। ਸਾਡੇ ਐਜੂਕੇਸ਼ਨ ਸਿਸਟਮ ਨੇ ਜਾਂ ਸਾਡੇ ਸੋਸ਼ਲ ਸਿਸਟਮ ਨੇ, ਸਾਡੇ ਪਰਿਵਾਰਾਂ ਦੇ ਸਿਸਟਮ ਨੇ ਇਨਸਾਨ ਨੂੰ ਕੰਪੀਟੀਸ਼ਨ ਦੇ ਵਿੱਚ ਪਾ ਦਿੱਤਾ, ਉਹਨੂੰ ਕ੍ਰੀਏਟਿਵ ਨਹੀਂ ਬਣਾਇਆ। ਜਿਹੜਾ ਇਨਸਾਨ ਕੰਪੀਟੀਸ਼ਨ ਦੇ ਵਿੱਚੋਂ ਨਿਕਲਿਆ ਹੁੰਦਾ ਹਮੇਸ਼ਾ ਹੀ ਡਰ ਕੇ ਰਹਿੰਦਾ। ਤੁਸੀਂ ਦੇਖੋ, ਫੋਰ ਇਗਜ਼ਾਮਪਲ, ਦਫ਼ਤਰਾਂ ਦੇ ਵਿੱਚ ਕੋਈ ਆਫਿਸਰ ਆ ਜਿਹੜਾ ਆਪਣੇ ਜੂਨੀਅਰਸ ਤੋਂ ਕਈ ਵਾਰੀ ਡਰ ਕੇ ਰਹਿੰਦਾ ਕਿ ਉਹਦੇ ਜੂਨੀਅਰ ਉਹਨੂੰ ਕ੍ਰੋਸ ਨਾ ਕਰ ਜਾਣ, ਉਹ ਫਿਰ ਉਹਨਾਂ ਦੇ ਉੱਪਰ ਦਬਾਅ ਪਾ ਕੇ ਰੱਖਦਾ, ਉਹਨਾਂ ਨੂੰ ਕਈ ਤਰੀਕੇ ਨਾਲ ਨਿਰਾਸ਼ ਕਰਦਾ ਤਾਂ ਕਿ ਉਹਨਾਂ ਦਾ ਮਨੋਬਲ ਜਿਹੜਾ ਥੱਲੇ ਡਿੱਗਿਆ ਰਹੇ। ਉਹ ਕਈ ਵਾਰੀ ਫਿਰ ਲੋੜ ਤੋਂ ਵੱਧ ਚਾਪਲੂਸੀਆਂ ਆਪਣੇ ਬੌਸ ਦੀਆਂ ਜਾਂ ਸੀਨੀਅਰ ਲੋਕਾਂ ਦੀਆਂ ਚਾਪਲੂਸੀਆਂ ਵੀ ਕਰਦਾ, ਜਿਨ੍ਹਾਂ ਦੀ ਕਈ ਵਾਰੀ ਲੋੜ ਵੀ ਨਹੀਂ ਹੁੰਦੀ, ਤਾਂ ਉਹਨੂੰ ਡਰ ਹੁੰਦਾ ਕਿ ਮੇਰੀ ਨੌਕਰੀ ਨਾ ਚਲੇ ਜਾਏ ਜਾਂ ਮੇਰੀ ਕੋਈ ਪੋਜੀਸ਼ਨ ਜਿਹੜੀ ਆ ਉਹ ਬਣੀ ਰਹੇ ਜਾਂ ਮੈਨੂੰ ਪ੍ਰਮੋਸ਼ਨ ਦੇ ਚਾਂਸਸ ਮਿਲ ਜਾਣ। ਇਹ ਹੁੰਦਾ ਕੰਪੀਟੀਸ਼ਨ ਦੇ ਵਿੱਚੋਂ ਨਿਕਲਿਆ ਹੋਇਆ। ਇਸੇ ਤਰੀਕੇ ਨਾਲ ਇਹ ਜਿਹੜੇ ਰਾਜਨੀਤੀ ਦੇ ਵਿੱਚ ਕੰਪੀਟੀਸ਼ਨ ਆ, ਉੱਥੇ ਵੀ ਲੋਕ ਡਰਦੇ ਆ ਕਿ ਕੋਈ ਸਾਡਾ ਹੀ ਬੰਦਾ ਸਾਨੂੰ ਕ੍ਰੋਸ ਨਾ ਕਰ ਜਾਵੇ, ਉਹ ਡਰਦੇ ਇਸ ਕਰਕੇ ਕਿ ਅਸੀਂ ਵੋਟਾਂ ਲੈਣੀਆਂ ਨੇ। ਉਹ ਅਕਸਰ ਇੱਕ ਰਾਜਨੀਤਿਕ ਜਿਹੜੇ ਲੋਕ ਨੇ ਗੱਲਾਂ ਕਰਦੇ ਨੇ ਕਿ ਵੋਟਾਂ ਲੈਣ ਲਈ ਪੈਸਾ ਖਰਚਣਾ ਪੈਂਦਾ ਆ, ਸ਼ਰਾਬਾਂ ਪਿਆਉਣੀਆਂ ਪੈਂਦੀਆਂ ਨੇ, ਹੋਰ ਕਈ ਤਰ੍ਹਾਂ ਦੇ ਕੰਮ ਜਿਹੜੇ ਕਈ ਵਾਰੀ ਦਬਾਅ ਵੀ ਆਪਣੀ ਪਾਵਰ ਦਾ ਬਣਾਉਣਾ ਪੈਂਦਾ ਕਿ ਤਾਂ ਕਿ ਵੋਟਾਂ ਇਕੱਠੀਆਂ ਕੀਤੀਆਂ ਜਾ ਸਕਣ। ਇਹ ਸਾਰਾ ਕੁਛ ਹੈਗਾ ਆ ਕੰਪੀਟੀਸ਼ਨ ਦਾ ਜ਼ਮਾਨਾ, ਕੰਪੀਟੀਸ਼ਨ ਦੇ ਵਿੱਚੋਂ ਨਿਕਲੇ ਹੋਏ ਲੋਕ ਨੇ। ਜਿਹੜਾ ਹੁੰਦਾ ਇਨਸਾਨ ਕ੍ਰੀਏਟਿਵ, ਉਹ ਕਦੇ ਕਿਸੇ ਤੋਂ ਨਹੀਂ ਡਰਦਾ। ਅਕਾਲ ਪੁਰਖ ਕਰਤਾ ਆ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਜਿਹੜਾ ਮੂਲ ਮੰਤਰ ਆ ਸਟਾਰਟਿੰਗ ਦੇ ਵਿੱਚ ਹੀ ਅਕਾਲ ਪੁਰਖ ਨੂੰ ਕਰਤਾ ਪੁਰਖ ਕਿਹਾ ਹੋਇਆ, ਉਹ ਕਰਤਾ ਆ, ਉਹ ਕ੍ਰੀਏਟਿਵ ਆ। ਔਰ ਗੁਰਬਾਣੀ ਵਿੱਚ ਕਈ ਵਾਰੀ ਇਹ ਚੀਜ਼ਾਂ ਆਈਆਂ ਨੇ ਕਿ ਅਕਾਲ ਪੁਰਖ ਵਰਗਾ ਹੋਰ ਕੋਈ ਹੈ ਹੀ ਨਹੀਂ ਆ। ਜਿਹੜਾ ਕਰਤਾ ਹੁੰਦਾ ਆ, ਕ੍ਰੀਏਟਰ ਹੁੰਦਾ ਆ, ਉਹ ਡਰਦਾ ਨਹੀਂ, ਉਹ ਮੌਕੇ ਦਿੰਦਾ ਆ ਲੋਕਾਂ ਨੂੰ। ਸਗੋਂ ਉਹਨੂੰ ਪਤਾ ਹੈ ਕਿ ਜੋ ਕ੍ਰੀਏਟਰ ਜਾਂ ਜੋ ਕ੍ਰੀਏਸ਼ਨ ਮੈਂ ਕਰ ਸਕਦਾ ਹਾਂ ਨਾ, ਉਹ ਮੈਂ ਹੀ ਹਾਂ। ਇਹਦੀ ਆਪਾਂ ਥੋੜ੍ਹੀ ਜਿਹੀ ਡਿਸਕਸ਼ਨ ਪਿਛਲੀ ਇੱਕ ਵੀਡੀਓ ਦੇ ਵਿੱਚ ਵੀ ਕੀਤੀ ਸੀ, ਉਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਪਾ ਦਾਂਗੇ, ਤੁਸੀਂ ਦੇਖ ਲਿਓ। ਸੋ ਉੱਥੇ ਕ੍ਰੀਏਟਿਵ ਅਤੇ ਕੰਪੀਟੀਟਰ ਦਾ ਜਿਹੜਾ ਮੇਲਜੋਲ ਹੈਗਾ ਅਸੀਂ ਕੀਤਾ ਕਿਸੇ ਤਰੀਕੇ ਨਾਲ। ਹੁਣ ਸਵਾਲ ਇਹ ਵੀ ਆ ਜਾਂਦਾ ਕਿ ਅਸੀਂ ਕਰਨਾ ਵੀ ਕੀ ਆ ਫਿਰ, ਜੇ ਅਸੀਂ ਕੰਪੀਟੀਸ਼ਨ ਦੇ ਵਿੱਚ ਹਾਂ ਜਾਂ ਡਰੇ ਹੋਏ ਹਾਂ ਜਾਂ ਜੋ ਕੁਝ ਅਸੀਂ ਮੰਗਦੇ ਹਾਂ ਰੱਬ ਦੇ ਕੋਲੋਂ ਜੇ ਸਾਨੂੰ ਨਹੀਂ ਮਿਲਦਾ ਤਾਂ ਕੀਤਾ ਵੀ ਕੀ ਜਾਵੇ। ਉਹਦੇ ਕੁਛ ਢੰਗ ਤਰੀਕੇ ਨੇ ਲਾਅ ਆਫ ਨੇਚਰ ਦੇ ਨਾਲ ਕੰਮ ਕਰਨ ਦੇ, ਉਹ ਅਸੀਂ ਜਦੋਂ ਤੱਕ ਸਮਝਦੇ ਨਹੀਂ ਅਸੀਂ ਸਾਡੀਆਂ ਚੀਜ਼ਾਂ ਜਿਹੜੀਆਂ ਮਨੋਕਾਮਨਾਵਾਂ ਨੇ ਜਾਂ ਅਸੀਂ ਜ਼ਿੰਦਗੀ ਦਾ ਸਹੀ ਜਿਹੜਾ ਸਵਾਦ ਆ ਨਹੀਂ ਲੈ ਸਕਦੇ। ਗੱਲ ਕੀ ਆ, ਅਸੀਂ ਨਾ ਸਾਰੇ ਤਕਰੀਬਨ ਅਕਸਰ ਗੱਲ ਕਰਦੇ ਹਾਂ ਕਿ ਮਨ ਨੂੰ ਕਾਬੂ ਕਰਨਾ,
ਮਨ ਕਾਬੂ ਨਹੀਂ ਆਉਂਦਾ, ਮਨ ਟਿਕਦਾ ਨਹੀਂ, ਇੱਦਾਂ ਦੀਆਂ ਗੱਲਾਂ ਅਸੀਂ ਅਕਸਰ ਕਰਦੇ ਹਾਂ। ਗੱਲ ਇਹ ਆ ਕਿ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ, ਅਸੀਂ ਇਨਡਾਇਰੈਕਟ ਵੇ ਦੇ ਉੱਪਰ ਮਨ ਨੂੰ ਕਾਬੂ ਕਰਨ ਦੀ ਗੱਲ ਨਹੀਂ ਕਰਦੇ। ਇੱਕ ਸਾਈਕੋਲੋਜੀ ਨੂੰ ਸਮਝੋ, ਮਾਨਸਿਕਤਾ ਨੂੰ ਸਮਝੋ, ਅਸੀਂ ਉਦੋਂ ਮਨ ਨੂੰ ਗੁਲਾਮ ਬਣਾਉਣ ਦੀ ਗੱਲ ਕਰਦੇ ਹੁੰਦੇ ਹਾਂ ਵੀ ਮਨ ਸਾਡਾ ਗੁਲਾਮ ਹੋ ਜਾਵੇ। ਹੁਣ ਗੱਲ ਇੱਥੇ ਸਮਝਣ ਵਾਲੀ ਹੈ ਨਾ, ਮਨ ਜਿਹੜਾ ਹੈ ਨਾ ਰੱਬ ਦਾ ਰੂਪ ਨਹੀਂ ਹੈ, ਰੱਬ ਦਾ ਸਰੂਪ ਆ, ਰੂਪ ਤੋਂ ਵੀ ਉੱਪਰ ਆ। ਗੁਰਬਾਣੀ ਵਿੱਚ ਲਿਖਿਆ ਹੋਇਆ ਕਿ ਮਨ ਤੂੰ ਜੋਤ ਸਰੂਪ ਹੈ, ਮਤਲਬ ਰੱਬ ਦਾ ਸਰੂਪ ਆ ਇੱਕ ਮਨ, ਉਹ ਇੱਕ ਪਵਿੱਤਰ ਚੀਜ਼ ਆ, ਬੜੀ ਉਹਦੇ ਵਿੱਚ ਐਨਰਜੀ ਆ, ਪਰ ਅਸੀਂ ਉਸ ਨੂੰ ਗੁਲਾਮ ਬਣਾਉਣਾ ਚਾਹੁੰਦੇ, ਅਸੀਂ ਉਹਨੂੰ ਯੂਜ਼ ਨਹੀਂ ਕਰਨਾ ਚਾਹੁੰਦੇ। ਹੁਣ ਮੈਂ ਇੱਥੇ ਵੀ ਐਗਜ਼ਾਮਪਲ ਦਿੰਦਾ, ਉਦਾਹਰਣ ਦਿੰਦਾ ਕਿ ਮਨ ਕੰਮ ਕਿਵੇਂ ਕਰਦਾ। ਉਦਾਹਰਣ ਦੇ ਤੌਰ 'ਤੇ, ਮਿਸਾਲ ਦੇ ਤੌਰ 'ਤੇ, ਸਾਡੇ ਘਰ ਮੰਨ ਲਓ ਬਿਜਲੀ ਦਾ ਕਨੈਕਸ਼ਨ ਲੱਗਿਆ ਹੋਇਆ, ਅਸੀਂ ਬਿਜਲੀ ਕਾਬੂ ਨਹੀਂ ਕਰ ਸਕਦੇ, ਬਿਜਲੀ ਨੂੰ ਆਪਣੇ ਗੁਲਾਮ ਨਹੀਂ ਬਣਾ ਸਕਦੇ, ਪਰ ਅਸੀਂ ਬਿਜਲੀ ਦਾ ਯੂਜ਼ ਤਾਂ ਕਰ ਸਕਦੇ ਹਾਂ ਨਾ, ਬਿਜਲੀ ਨੂੰ ਕਿਸੇ ਪਾਸੇ ਲਾ ਤਾਂ ਸਕਦੇ ਜਿਹਦੇ ਨਾਲ ਅਸੀਂ ਸੁੱਖ ਸਹੂਲਤਾਂ ਵੱਧ ਜਾਣ, ਸਾਡਾ ਜ਼ਿੰਦਗੀ ਸੌਖੀ ਹੋ ਜੇ। ਹੁਣ ਕਿਸੇ ਨੇ ਫਰਿੱਜ ਲਿਆਂਦੀ, ਮੀਟਰ ਲੱਗਾ ਹੋਇਆ, ਫਰਿੱਜ ਲਿਆਂਦੀ, ਉਹ ਸਮਾਨ ਤਾਂ ਵਿੱਚ ਰੱਖਿਆ ਨਹੀਂ, ਦੁੱਧ ਫਿਰ ਖਰਾਬ ਹੋ ਰਿਹਾ, ਸਬਜ਼ੀਆਂ ਫਿਰ ਖਰਾਬ ਹੋ ਰਹੀਆਂ ਨੇ, ਫਰਿੱਜ ਚੱਲ ਰਹੀ ਆ ਨਹੀਂ ਰੱਖਿਆ, ਬਿੱਲ ਵੀ ਆ ਜਾਣਾ, ਏਸੀ ਲਿਆਂਦਾ ਆ, ਏਸੀ ਚੱਲ ਰਿਹਾ ਆ, ਆਪ ਧੁੱਪੇ ਬੈਠਾ ਇਨਸਾਨ, ਏਸੀ ਨੇ ਬਿੱਲ ਤਾਂ, ਬਿਜਲੀ ਦਾ ਕੰਜਪਸ਼ਨ ਤਾਂ ਹੋਣੀ ਹੈ ਬਿਜਲੀ ਦੀ, ਉਹ ਬਿੱਲ ਵੀ ਆ ਰਿਹਾ। ਗੱਲ ਇਹ ਆ ਕਿ ਮਨ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨੈਗੇਟਿਵ ਅਤੇ ਪੋਜ਼ਿਟਿਵ, ਉਹਨੂੰ ਸਮਝਣਾ ਕਿਵੇਂ ਆ। ਅਕਸਰ ਹੀ ਨਾ ਆਪਾਂ ਜਦੋਂ ਕੋਈ ਚੜ੍ਹਾਈ ਵਾਲੀ ਚੀਜ਼ ਦੇਖਦੇ ਹਾਂ, ਉੱਚੀ ਪਹਾੜੀ ਕੋਈ ਦੇਖਦੇ ਹਾਂ, ਸਾਨੂੰ ਬੜਾ ਵਧੀਆ ਲੱਗਦਾ, ਕੋਈ ਬਿਲਡਿੰਗ ਆਪਾਂ ਉੱਚੀ ਦੇਖਦੇ ਹਾਂ ਤਾਂ ਸਾਡਾ ਦਿਲ ਕਰਦਾ ਵੀ ਆਪਾਂ ਉਹ ਉੱਚਾਈ 'ਤੇ ਜਾਈਏ, ਉੱਪਰ ਜਾਈਏ। ਜਦ ਆਪਾਂ ਉੱਪਰ ਜਾ ਕੇ ਥੱਲੇ ਨੂੰ ਦੇਖਦੇ ਹਾਂ ਤਾਂ ਸਾਨੂੰ ਡਰ ਲੱਗਦਾ ਵੀ ਹਾਏ ਥੱਲੇ ਨਾ ਡਿੱਗ ਪਈਏ ਕਿਤੇ, ਪਹਾੜਾਂ ਤੋਂ ਵੀ ਇੱਦਾਂ ਹੀ ਸਾਨੂੰ ਲੱਗਦਾ ਵੀ ਨੀਚੇ ਨਾ ਗਿਰ ਜਾਈਏ। ਅਸੀਂ ਮਨ ਨੂੰ ਦਿਖਾਈਆਂ ਹੀ ਮਾੜੀਆਂ ਚੀਜ਼ਾਂ ਨੇ, ਅਸੀਂ ਮਨ ਨੂੰ ਦਿਖਾਇਆ ਹੀ ਨੀਵਾਂ ਆ, ਅਸੀਂ ਮਨ ਨੂੰ ਦਿਖਾ ਹੀ ਗਲਤ ਚੀਜ਼ਾਂ ਰਹੇ, ਜਿਹਦੇ ਕਰਕੇ ਸਾਡਾ ਮਨ ਡਰਿਆ ਹੋਇਆ, ਉਹ ਉੱਧਰ ਨੂੰ ਜਾਣਾ ਹੀ ਨਹੀਂ ਚਾਹੁੰਦਾ ਜਿੱਧਰ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ। ਮਨ ਚਾਹੁੰਦਾ ਕਿ ਉੱਚੀਆਂ ਉਡਾਰੀਆਂ ਮਾਰੇ, ਉਹ ਕਰਤਾ ਬਣੇ, ਉਹ ਕ੍ਰੀਏਟਿਵ ਬਣੇ, ਅਸੀਂ ਉਸ ਪਾਸੇ ਜਾਂਦੇ ਨਹੀਂ, ਅਸੀਂ ਚੁਗਲੀਆਂ, ਜੈਲਸ, ਗੁੱਸਾ, ਬਿਨਾਂ ਗੱਲ ਤੋਂ ਲੜਾਈ ਝਗੜਾ, ਅਸੀਂ ਕਲੇਸ਼ ਪਾਇਆ ਹੋਇਆ, ਇਹ ਚੀਜ਼ਾਂ ਅਸੀਂ ਉੱਧਰ ਲੈ ਕੇ ਜਾਣਾ ਚਾਹੁੰਦੇ, ਸਾਡੀ ਇਸ ਕਰਕੇ ਜਿਹੜੀ ਲਾਈਫ ਆ ਟਰੈਕ ਤੋਂ ਹਟੀ ਹੋਈ ਆ। ਹੁਣ ਇਸ ਚੀਜ਼ ਨੂੰ ਆਪਾਂ ਸਹੀ ਪਾਸੇ ਕਿਵੇਂ ਲੈ ਕੇ ਆ ਸਕਦੇ ਹਾਂ ਕਿ ਸਾਡਾ ਮਨ ਜਿਹੜਾ ਆ ਕਿਵੇਂ ਸਾਡੇ ਨਾਲ ਨਾਲ ਚੱਲੇ, ਅਸੀਂ ਜ਼ਿੰਦਗੀ ਸੋਹਣੀ ਕਿਵੇਂ ਬਣਾਈਏ। ਹੁਣ ਇੱਥੇ ਸਵਾਲ ਇਹ ਹੁੰਦਾ ਕਿ ਮਨ ਨੂੰ ਫਿਰ ਸਹੀ ਪਾਸੇ ਕਿਵੇਂ ਲੈ ਕੇ ਆਈਏ, ਜਾਂ ਮਨ ਨੂੰ ਉੱਚੀਆਂ ਚੀਜ਼ਾਂ ਜਿਹੜੀਆਂ ਨੇ ਜਾਂ ਜਿਹੜੀ ਮਨ ਦੀ ਅਸਲ ਪੁਜੀਸ਼ਨ ਆ ਉੱਧਰ ਕਿਵੇਂ ਜੋੜੀਏ। ਉਹਦੇ ਲਈ ਅਸੀਂ ਇੱਕ ਕੰਮ ਕਰਦੇ ਹਾਂ ਅਕਸਰ ਕਿ ਅਸੀਂ ਰੱਬ ਦੀ ਭਾਲ ਕਰਦੇ ਹਾਂ, ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੱਬ ਕਿਤੇ ਆ, ਅਰਦਾਸਾਂ ਕਰਦੇ ਹਾਂ ਕਿ ਰੱਬਾ ਦਰਸ਼ਨ ਦੇ, ਸੌ ਗੱਲਾਂ ਅਸੀਂ ਕਰਦੇ ਹਾਂ। ਹੁਣ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਰੱਬ ਨੇ ਕਦੇ ਵੀ ਫਿਜ਼ੀਕਲ ਸ਼ੇਪ ਦੇ ਵਿੱਚ, ਜਿੱਦਾਂ ਦਾ ਅਸੀਂ ਰੱਬ ਦਾ ਕੋਨਸੈਪਟ ਸੋਚਦੇ ਹਾਂ ਕਿ ਜੇ ਅਸੀਂ ਕੁਛ ਕਰਾਂਗੇ ਤਾਂ ਰੱਬ ਸਾਡੇ ਸਾਹਮਣੇ ਆ ਜੂਗਾ, ਸਾਨੂੰ ਇਹ ਕਹੂਗਾ ਕਿ ਦੱਸੋ ਜੀ ਕੀ ਚਾਹੀਦਾ, ਫਿਰ ਰੱਬ ਸਾਡੇ ਕੰਮ ਕਰਨ ਲੱਗ ਜੂਗਾ, ਇੱਦਾਂ ਦਾ ਕਦੇ ਕੁਛ ਨਹੀਂ ਹੋਣਾ। ਰੱਬ ਨੇ ਪ੍ਰਗਟ ਹੋਣਾ ਆ ਆਪਣੇ ਕਾਇਨਾਤ ਦੇ ਥਰੂ, ਆਪਣੀ ਕੁਦਰਤ ਦੇ ਥਰੂ, ਆਪਣੇ ਜਿਹੜੀ ਉਹਨਾਂ ਨੇ ਰੱਬ ਨੇ ਚੀਜ਼ ਬਣਾਈ ਉਹਦੇ ਥਰੂ ਉਹਨੇ ਆਪਣੀ ਸ਼ਕਤੀ ਨੂੰ, ਆਪਣੀ ਐਨਰਜੀ ਨੂੰ ਪ੍ਰਗਟ ਕਰਨਾ ਹੈ ਸਾਡੇ ਸਾਹਮਣੇ। ਸਭ ਤੋਂ ਪਹਿਲਾਂ ਤਾਂ ਸਾਨੂੰ ਰੱਬ ਦੇ ਬਾਰੇ ਕੁਝ ਸਮਝਣਾ ਪਵੇਗਾ, ਤਾਂ ਜਾ ਕੇ ਅਸੀਂ ਕੁਛ ਅੱਗੇ ਤੁਰ ਸਕਦੇ ਹਾਂ। ਅਸੀਂ ਰੱਬ ਨੂੰ ਹਮੇਸ਼ਾ ਹੀ ਗਲਤ ਪਾਸਿਆਂ ਨਾਲ ਲੱਭਦੇ ਹਾਂ, ਗਲਤ ਢੰਗ ਤਰੀਕੇ ਨਾਲ ਲੱਭਦੇ ਹਾਂ, ਔਰ ਅਸੀਂ ਉੱਥੇ ਫਿਰ ਅਰਦਾਸਾਂ ਕਰਦੇ ਹਾਂ, ਸਾਡੀਆਂ ਪੂਰੀਆਂ ਨਹੀਂ ਹੁੰਦੀਆਂ। ਹੁਣ ਮੈਂ ਇੱਥੇ ਨਾ ਇੱਕ ਗੱਲ ਕਰਦਾ ਜਾਂਦਾ ਜਾਂਦਾ, ਪੰਜਾਬ ਦੇ ਵਿੱਚੋਂ ਡੀਜ਼ਲ ਪੈਟਰੋਲ ਨਹੀਂ ਨਿਕਲਦਾ, ਪੰਜਾਬ ਦੇ ਵਿੱਚੋਂ ਕੋਇਲਾ ਨਹੀਂ ਨਿਕਲਦਾ, ਪੰਜਾਬ ਦੇ ਵਿੱਚੋਂ ਸੋਨਾ ਨਹੀਂ ਨਿਕਲਦਾ। ਹੁਣ ਕੀ ਇਹ ਚੀਜ਼ਾਂ ਅਸੀਂ ਪੈਦਾ ਕਰਨ ਲਈ ਅਰਦਾਸਾਂ ਕਰੀ ਜਾਵਾਂਗੇ ਵੀ ਇੱਥੋਂ ਡੀਜ਼ਲ ਨਿਕਲ ਜੇ, ਪੈਟਰੋਲ ਨਿਕਲ ਜੇ, ਕੋਇਲਾ ਨਿਕਲ ਜੇ, ਸੋਨਾ ਨਿਕਲ ਜੇ? ਨਹੀਂ ਨਿਕਲਣਾ, ਉਹ ਫਿਰ ਅਰਦਾਸਾਂ ਸਾਡੀਆਂ ਵੇਸਟ ਹੀ ਹੋਣਗੀਆਂ ਨਾ। ਅਸੀਂ ਉਹ ਕੰਮ ਨਾ ਕਰੀਏ ਜਿਹਦੇ ਨਾਲ ਸਾਡੀ ਐਨਰਜੀ ਵੇਸਟ ਹੋਵੇ, ਜਿਹਦੇ ਨਾਲ ਸਾਨੂੰ ਨਿਰਾਸ਼ਾ ਮਿਲੇ। ਰੱਬ ਦਾ ਕੋਨਸੈਪਟ ਕੀ ਹੈ ਜਾਂ ਰੱਬ ਹੈ ਕੀ, ਰੱਬ ਰਹਿੰਦਾ ਕਿੱਥੇ ਆ? ਗੁਰਬਾਣੀ ਵਿੱਚ ਸਾਨੂੰ ਦੱਸਿਆ ਗਿਆ ਕਿ ਘੱਟ ਘੱਟ ਮੈਂ ਹਰਜੂ ਵਸੈ,
ਜਾਂ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਜਾਂ ਕਈ ਸਭੈ ਘੱਟ ਰਾਮ ਬੋਲੇ, ਗੁਰਬਾਣੀ ਵਿੱਚ ਇੱਦਾਂ ਦੇ ਨਾ ਵਾਰ ਵਾਰ ਚੀਜ਼ਾਂ ਰਿਪੀਟ ਕੀਤੀਆਂ ਨੇ ਜਿਹਦੇ ਨਾਲ ਸਾਨੂੰ ਸਮਝਾਇਆ ਗਿਆ ਕਿ ਰੱਬ ਇਨਸਾਨਾਂ ਦੇ ਵਿੱਚ ਵੱਸਦਾ, ਰੱਬ ਸਾਡੇ ਘਰੇ ਵੀ ਹੈ, ਰੱਬ ਸਾਡੇ ਵਿੱਚ ਵੀ ਹੈ। ਪਰ ਅਸੀਂ ਉਹ ਚੀਜ਼ ਸਮਝਦੇ ਨਹੀਂ। ਹੁਣ ਸਮਝਦੇ ਕਿਉਂ ਨਹੀਂ ਹੈ? ਅਸੀਂ ਕਹਿ ਦਾਂਗੇ, ਕੋਈ ਮੰਨੂਗਾ ਵੀ ਅਸੀਂ ਪੁੱਛਾਂਗੇ ਰੱਬ ਕਿੱਥੇ ਆ, ਅਸੀਂ ਸਿੰਪਲ ਜਿਹਾ ਜਵਾਬ ਦੇ ਦਿੰਦੇ ਹਾਂ ਕਿ ਰੱਬ ਤਾਂ ਜੀ ਸਾਡੇ ਵਿੱਚ ਵੱਸਦਾ ਜੀ, ਰੱਬ ਤਾਂ ਜੀ ਅੰਦਰ ਆ, ਰੱਬ ਤਾਂ ਜੀ ਸਾਰਿਆਂ ਵਿੱਚ ਹੈਗਾ ਕਹਿ ਦਿੰਦੇ ਹਾਂ, ਪਰ ਅਸੀਂ ਕਦੇ ਉਹ ਫੀਲ ਨਹੀਂ ਕੀਤਾ। ਹੁਣ ਫੀਲ ਕਿਉਂ ਨਹੀਂ ਕੀਤਾ, ਫੀਲ ਹੋ ਵੀ ਕਿਵੇਂ ਸਕਦਾ ਆ? ਉਹਦੇ ਲਈ ਸਿਰਫ ਸਿੰਪਲ ਅਤੇ ਸਿੱਧਾ ਸਾਦਾ ਇੱਕੋ ਤਰੀਕਾ ਆ। ਮੰਨ ਲਓ ਹੁਣ ਮੈਂ ਇੱਕ ਸਵਾਲ ਖੜ੍ਹਾ ਕਰਦਾ ਹਾਂ ਅੱਜ, ਕੀ ਕਦੇ ਕਿਸੇ ਮਾਂ ਨੇ ਰੋਟੀ ਬਣਾਉਣ ਲੱਗਿਆਂ ਇਸ ਸ਼ਰਧਾ ਦੇ ਨਾਲ ਰੋਟੀ ਬਣਾਈ ਹੈ ਕਿ ਮੈਂ ਰੋਟੀ ਅੱਜ ਬੱਚਿਆਂ ਨੂੰ ਨਹੀਂ ਦੇਣੀ, ਮੈਂ ਰੱਬ ਨੂੰ ਰੋਟੀ ਦੇਣੀ ਆ, ਮੇਰੇ ਘਰ ਰੱਬ ਬੈਠਾ ਆ, ਮੈਂ ਰੱਬ ਲਈ ਰੋਟੀ ਬਣਾਉਣੀ ਆ? ਜੇ ਕੋਈ ਔਰਤ ਸਾਫ ਸਫਾਈ ਕਰਦੀ ਆ, ਕੀ ਕਦੇ ਉਹਦੇ ਮਨ 'ਚ ਆਇਆ ਕਿ ਇਹ ਰੱਬ ਦਾ ਘਰ ਆ, ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਘਰ ਵਿੱਚ ਵਾਸ, ਇਹ ਕਦੇ ਫੀਲਿੰਗ ਆਏ ਕਿ ਰੱਬ ਦਾ ਘਰ ਆ, ਮੈਂ ਇਹਨੂੰ ਉਸ ਸ਼ਰਧਾ ਦੇ ਨਾਲ, ਉਸ ਭਾਵਨਾ ਦੇ ਨਾਲ ਸਾਫ ਕਰਾਂ? ਕਦੇ ਨਹੀਂ ਸਾਡੇ ਮਨ 'ਚ ਇਹ ਗੱਲ ਆਈ ਹੋਊਗੀ, ਬਹੁਤ ਥੋੜ੍ਹੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਹੋਊਗੀ। ਸੋ ਜਦੋਂ ਅਸੀਂ ਇਹ ਫੀਲਿੰਗ ਨਾਲ ਕੰਮ ਕਰਦੇ ਹਾਂ ਤਾਂ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਹੌਲੀ ਹੌਲੀ ਫਿਰ ਟਰੈਕ 'ਤੇ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਬੈਨੀਫਿਟ ਕੀ ਹੋਊਗਾ, ਇਹਦਾ ਫਾਇਦਾ ਕੀ ਹੋਊਗਾ? ਮੈਂ ਵਾਪਸ ਮਜ਼ਦੂਰਾਂ ਵੱਲ ਜਾਂਦਾ ਹਾਂ, ਜੇ ਕੋਈ ਮਜ਼ਦੂਰ ਮੰਨ ਲਓ ਮਜ਼ਦੂਰੀ ਕਰਨ ਜਾ ਰਿਹਾ, ਉਹ ਇਸ ਭਾਵਨਾ ਨਾਲ ਜਾਵੇ ਕਿ ਮੈਂ ਮਜ਼ਦੂਰੀ ਅੱਜ ਰੱਬ ਦੇ ਘਰ ਕਰਨੀ ਹੈ, ਰੱਬ ਦਾ ਕੰਮ ਕਰਕੇ ਆਉਣਾ, ਰੱਬ ਦੀ ਸੇਵਾ ਕਰਕੇ ਆਉਣੀ ਆ। ਉਹਦਾ ਨਤੀਜਾ ਕੀ ਹੋਊਗਾ? ਜਦੋਂ ਬੰਦਾ ਇਹ ਕੰਮ ਕਰੂਗਾ, ਪੈਸੇ ਵੀ ਉਹਨੂੰ ਮਿਲਣੇ ਆ, ਨੋ ਡਾਊਟ ਵੀ ਉਹਨੂੰ ਮਜ਼ਦੂਰੀ ਨਹੀਂ ਮਿਲਣੀ, ਪਰ ਉਹਦੇ ਅੰਦਰਲੀ ਭਾਵਨਾ ਦੁਨੀਆਂ ਨੂੰ ਥੋੜ੍ਹੀ ਦੱਸ ਰਿਹਾ, ਪਰ ਆਪਣੀ ਸ਼ਰਧਾ ਦੇ ਨਾਲ ਕਰ ਰਿਹਾ ਕਿ ਮੈਂ ਰੱਬ ਦਾ ਕੰਮ ਕਰ ਰਿਹਾ, ਰੱਬ ਦੇ ਘਰ ਦਾ ਕੰਮ ਕਰ ਰਿਹਾ, ਮੈਂ ਰੱਬ ਦੀ ਸੇਵਾ ਕਰ ਰਿਹਾ। ਇਸ ਭਾਵਨਾ ਦੇ ਨਾਲ ਕੰਮ ਕਰੇ, ਉਹਦਾ ਨਤੀਜਾ ਕੀ ਹੋਊਗਾ? ਜਿੰਨਾ ਉਹਨੂੰ ਕੰਮ ਦਿੱਤਾ ਗਿਆ, ਉਹ ਕੰਮ ਉਹਨੇ ਵਧੀਆ ਤਰੀਕੇ ਨਾਲ ਕਰਕੇ ਜਾਊਗਾ ਕਿ ਜਿਹੜਾ ਕੰਮ ਕਰਵਾ ਰਿਹਾ ਉਹਦੇ ਮੂੰਹ 'ਚੋਂ ਆਟੋਮੈਟਿਕਲੀ ਉਹਦੀਆਂ ਤਾਰੀਫਾਂ ਨਿਕਲਣਗੀਆਂ। ਔਰ ਉਹ ਮਜ਼ਦੂਰ ਇੱਕ ਇਹੋ ਜਿਹਾ ਕੰਮ ਵੀ ਉੱਥੇ ਕਰਕੇ ਆ ਸਕਦਾ ਕਿ ਜਿਹਦੇ ਨਾਲ ਉਹਦੀ ਡਿਮਾਂਡ ਉੱਥੇ ਵੱਧ ਜੇ। ਜਦੋਂ ਇਹ ਉਹੀ ਬੰਦਾ 2 ਵਾਰੀ 10 ਵਾਰੀ 2 ਮਹੀਨੇ 6 ਮਹੀਨੇ ਸਾਲ ਤੱਕ ਇਹ ਕੰਮ ਕਰਦਾ ਹੈ ਤਾਂ ਉਹਦੀ ਡਿਮਾਂਡ ਜਿਹੜੀ ਆ ਆਲੇ ਦੁਆਲੇ ਲੋਕਾਂ 'ਚ ਵਧਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਵੀ ਕਿਸੇ ਨੂੰ ਲੋੜ ਪਊਗੀ ਉਸੇ ਮਜ਼ਦੂਰ ਨੂੰ ਸੱਦਣਗੇ ਕਿ ਤੂੰ ਸਾਡੇ ਘਰ ਕੰਮ ਕਰਕੇ ਨਾਲ 2-4 ਬੰਦੇ ਵੀ ਲੈ ਕੇ ਆਈ। ਇਹਦੇ ਨਾਲ ਕੀ ਹੋਊਗਾ ਕਿ ਉਹਦੀ ਡਿਮਾਂਡ ਵੱਧ ਗਈ, ਉਹ ਇੱਕ ਮਜ਼ਦੂਰ ਤੋਂ ਉਹਦੀ ਪ੍ਰਮੋਸ਼ਨ ਹੋ ਗਈ। ਸੇਵਾ ਕਰਨ ਦੇ ਨਾਲ ਉਹ ਜਿੱਥੇ ਤਾਂ ਇੱਕ ਇਰੀਟੇਟਡ ਜਿਹਾ ਹੋ ਕੇ ਗੁੱਸੇ 'ਚ ਕੰਮ ਕਰ ਰਿਹਾ ਸੀ, ਚਲਾਕੀ ਨਾਲ ਕੰਮ ਕਰ ਰਿਹਾ ਸੀ, ਮਜ਼ਦੂਰੀ ਖੋ ਰਿਹਾ ਸੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਵੇ ਦੇ ਨਾਲ, ਸਿੱਧੇ ਜਾਂ ਸਿੱਧੇ ਤਰੀਕੇ ਨਾਲ। ਅੱਜ ਉਹ ਕੀ ਹੋਇਆ ਵੀ ਉਹ ਦਾਨ ਵੀ ਕਰ ਰਿਹਾ, ਕੁਛ ਤਿਆਗ ਦੀ ਭਾਵਨਾ ਲੈ ਕੇ ਬੈਠਾ ਹੋਇਆ ਕਿ ਕੋਈ ਗੱਲ ਨਹੀਂ, ਉਹਨੂੰ ਉਹਦਾ ਨਤੀਜਾ ਮਿਲਣਾ ਹੈ, ਡੈਫੀਨੇਟਲੀ ਮਿਲਣਾ ਹੈ। ਜਦੋਂ ਆਪਾਂ ਕੋਈ ਧਰਤੀ 'ਚ ਬੀਜ ਪਾ ਦਿੰਦੇ ਹਾਂ ਨਾ, ਉਹ ਮਰਦਾ ਨਹੀਂ, ਜੇ ਸਹੀ ਤਰੀਕੇ ਨਾਲ ਸਹੀ ਮੌਸਮ ਦੇ ਵਿੱਚ ਸਹੀ ਬੀਜ ਪਾਇਆ ਹੋਇਆ, ਸਹੀ ਢੰਗ ਨਾਲ ਪਾਇਆ ਹੋਇਆ ਤਾਂ ਉਹ ਮਰਦਾ ਨਹੀਂ ਹੈ, ਉਹ ਕਈ ਗੁਣਾ ਵੱਧ ਹੋ ਕੇ ਸਾਨੂੰ ਮਿਲਦਾ ਹੈ। ਪਰ ਅਸੀਂ ਇਹ ਚੀਜ਼ਾਂ 'ਤੇ ਕਦੇ ਭਰੋਸਾ ਕੀਤਾ ਹੀ ਨਹੀਂ। ਇੱਕ ਮਾਂ ਨੇ ਆਪਣੇ ਬੱਚਿਆਂ 'ਚ ਰੱਬ ਨਹੀਂ ਦੇਖਿਆ, ਕੋਈ ਵਿਆਹ ਕਰਦੇ ਆ ਉੱਥੇ ਦਾਜ ਮੰਗਦੇ ਆ, ਉਹਨਾਂ ਨੇ ਉੱਥੇ ਰੱਬ ਨਹੀਂ ਦੇਖਿਆ ਕਿ ਅਸੀਂ ਰੱਬ ਨਾਲ ਵਿਆਹ ਕਰਨ ਚੱਲੇ, ਰੱਬ ਨੂੰ ਵਿਆਹ ਕੇ ਲਿਆਉਣ ਚੱਲੇ, ਰੱਬ ਤੋਂ ਦਾਜ ਮੰਗ ਰਹੇ ਅਸੀਂ। ਮਤਲਬ ਇਸ ਹੱਦ ਤੱਕ ਅਸੀਂ ਗਲਤੀਆਂ ਕਰਦੇ ਹਾਂ, ਫਿਰ ਅਸੀਂ ਦੋਸ਼ ਰੱਬ ਨੂੰ ਦਿੰਦੇ ਹਾਂ। ਕਦੇ ਅਸੀਂ ਰੱਬ ਦੀ ਫੀਲਿੰਗ ਅਹਿਸਾਸ ਲਿਆ ਹੀ ਨਹੀਂ, ਸਾਨੂੰ ਪਤਾ ਹੈ ਕਿ ਰੱਬ ਸਾਡੇ ਆਲੇ ਦੁਆਲੇ ਬੈਠਾ ਆ, ਰੱਬ ਸਾਡੇ ਆਲੇ ਦੁਆਲੇ ਮੌਜੂਦ ਆ। ਦੋਸ਼ ਦੇਣਾ ਬਹੁਤ ਸੌਖਾ ਲੱਗਦਾ ਸਾਨੂੰ, ਪਰ ਇਹ ਫੀਲਿੰਗ ਲੈ ਕੇ ਦੇਖੋ। ਜਿੱਥੇ ਅੱਜ 2020 ਦੇ ਵਿੱਚ ਅਸੀਂ ਡਿਸਕਸ਼ਨ ਕਰ ਰਹੇ ਹਾਂ, ਕਿਸੇ ਦੀ ਉਮਰ 20 ਸਾਲ 25 ਸਾਲ 50 ਸਾਲ ਹੋਊਗੀ, ਅਸੀਂ ਇੰਨੀ ਇੰਨੀ ਉਮਰ ਖਰਾਬ ਕਰ ਲਈ, ਗਾਲ ਲਈ, ਅਸੀਂ ਭਟਕਣਾ ਦੇ ਵਿੱਚ ਪੈ ਰਹੇ। ਹੁਣ 2-4 ਮਹੀਨੇ 6 ਮਹੀਨੇ ਸਾਲ ਇਹ ਵੀ ਕਰਕੇ ਦੇਖ ਲਓ, ਰੱਬ ਦੇ ਨਾਂ ਨੂੰ ਕੋਈ ਕੰਮ ਕਰਕੇ ਦੇਖ ਲਓ, ਰੱਬ ਕਦੇ ਵੀ ਨਿਰਾਸ਼ ਨਹੀਂ ਕਰੂਗਾ। ਰੱਬ ਨੇ ਅੱਜ ਤੱਕ ਕਦੇ ਨਿਰਾਸ਼ ਕੀਤਾ ਹੀ ਨਹੀਂ। ਬੜੀਆਂ ਝੱਖੜ ਝੁੱਲੇ ਮੁਸੀਬਤਾਂ ਆਈਆਂ, ਪਰ ਰੱਬ ਨੇ ਸਾਰਾ ਕੁਝ ਸਾਫ਼ ਕਰਤਾ, ਦੁਨੀਆ ਅੱਜ ਵੀ ਉਵੇਂ ਮੂਵ ਕਰ ਰਹੀ ਹੈ। ਇਹਦੇ ਲਈ ਮੈਂ ਹੋਰ ਇਗਜ਼ਾਮਪਲ ਦਿੰਦਾ ਹਾਂ। ਛੋਟੇ ਸਾਹਿਬਜ਼ਾਦਿਆਂ ਨੂੰ ਜਾਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ
ਧੱਕੇ ਨਾਲ ਜਾਂ ਜ਼ਾਲਮਾਂ ਨੇ ਉਹਨਾਂ ਦਾ ਪਰਿਵਾਰ ਸਾਰਾ ਖੇਰੂ ਖੇਰੂ ਕਰ ਦਿੱਤਾ। ਛੋਟੇ ਸਾਹਿਬਜ਼ਾਦੇ ਥੋੜ੍ਹਾ ਜਿਹਾ ਅੱਗੇ ਆਏ ਤਾਂ ਜਿਹੜੇ ਪੈਸੇ ਸੀ ਉਹਨਾਂ ਦੇ ਕੋਲ ਉਹ ਵੀ ਗੰਗੂ ਨੇ ਖੋਲੇ, ਚੋਰੀ ਕਰ ਲਏ। ਉਦੋਂ ਬਾਅਦ ਦੇਖੋ ਕੀ ਹੋਇਆ, ਜਿੱਦਾਂ ਹੀ ਸਰਹੰਦ ਪਹੁੰਚੇ, ਫਤਿਹਗੜ੍ਹ ਸਾਹਿਬ ਪਹੁੰਚੇ, ਉੱਥੇ ਉਹਨਾਂ ਨੂੰ ਔਫਰ ਮਿਲ ਗਿਆ ਕਿ ਤੁਸੀਂ ਦੱਸੋ ਲੈਣਾ ਕੀ ਆ, ਕਿੰਨੇ ਤੁਸੀਂ ਹਵੇਲੀਆਂ ਲੈਣੀਆਂ, ਤੁਹਾਨੂੰ ਵਿਆਹ ਕਿਤੇ ਹੂਰਾਂ ਨਾਲ ਕਰਾ ਦਈਏ, ਕੀ ਲੈਣਾ ਕੀ ਤੁਸੀਂ ਹੁਕਮ ਕਰੋ, ਔਡਰ ਕਰੋ ਤੁਸੀਂ। ਪਰ ਸਾਹਿਬਜ਼ਾਦਿਆਂ ਨੂੰ ਪਤਾ ਸੀ ਕਿ ਅਸੀਂ ਰੱਬ ਦੇ ਰਾਹ 'ਤੇ ਚੱਲੇ ਹੋਏ ਹਾਂ, ਪਰਮਾਤਮਾ ਦੇ ਰਾਹ 'ਤੇ ਚੱਲੇ ਹੋਏ ਹਾਂ, ਗੁਰੂ ਗੋਬਿੰਦ ਸਿੰਘ ਦੇ ਰਾਹ 'ਤੇ ਚੱਲੇ ਹੋਏ ਹਾਂ, ਗੁਰੂ ਨਾਨਕ ਦੇ ਰਾਹ 'ਤੇ ਚੱਲੇ ਹੋਏ ਹਾਂ, ਜਿਸ ਕਰਕੇ ਸਾਨੂੰ ਇਹ ਔਫਰਾਂ ਮਿਲ ਰਹੀਆਂ ਨੇ। ਉਹਨਾਂ ਨੇ ਉਹ ਔਫਰ ਨਹੀਂ ਮੰਨੀ ਤਾਂ ਅਖੀਰ 'ਚ ਕੀ ਕੀਤਾ ਕਿ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਵੀ ਲੈ ਲਈ, ਕਿਉਂਕਿ ਜਦੋਂ ਔਫਰ ਨਹੀਂ ਮੰਨੀ ਫਿਰ ਸੂਬੇ ਸਰਹੰਦ ਨੇ ਜ਼ਿੰਦਗੀ ਵੀ ਖੋਲ੍ਹੀ ਸਾਹਿਬਜ਼ਾਦਿਆਂ ਕੋਲ। ਪਰ ਕੀ ਅਸਲ ਦੇ ਵਿੱਚ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਸੂਬਾ ਸਰਹੰਦ ਖੋਣ ਦੇ ਵਿੱਚ ਕਾਮਯਾਬ ਹੋਇਆ? ਪਰਮਾਤਮਾ ਨੇ ਕਿੰਨੀ ਜ਼ਿੰਦਗੀ ਦੇ ਦਿੱਤੀ ਸਾਹਿਬਜ਼ਾਦਿਆਂ ਨੂੰ ਕਿ ਉੱਥੇ ਅੱਜ ਰੋਜ਼ਾਨਾ ਮੇਰੇ ਹਿਸਾਬ ਨਾਲ, ਜੇ ਮੈਂ ਗਲਤ ਨਾ ਹੋਵਾਂ, ਤਾਂ 3 ਤੋਂ ਲੈ ਕੇ 5,000 ਬੰਦਾ ਮੱਥਾ ਟੇਕਦਾ ਹੋਊਗਾ ਫਤਿਹਗੜ੍ਹ ਸਾਹਿਬ ਗੁਰਦੁਆਰੇ। ਔਰ ਜਦੋਂ ਸ਼ਹੀਦੀ ਦਿਨ ਹੁੰਦਾ, ਲੋਕ ਉੱਥੇ ਮਿੰਨਤਾਂ ਤਰਲੇ ਕਰਦੇ ਨੇ ਕਿ ਲੰਗਰ ਸਾਡੇ ਕੋਲ ਛੱਕ ਕੇ ਜਾਓ, ਸਾਡੇ ਕੋਲ ਚਾਹ ਪੀ ਕੇ ਜਾਓ, ਉੱਥੇ ਲੋਕ ਤਰਲੇ ਲੈਂਦੇ ਫਿਰਦੇ ਆ। ਉਹ ਕਿੱਥੋਂ ਹੋਇਆ? ਸਾਹਿਬਜ਼ਾਦਿਆਂ ਦੇ ਨਾਮ ਨੂੰ ਹੋਇਆ। ਰੱਬ ਨੇ ਇੰਨੀ ਕੁ ਜ਼ਿਆਦਾ ਜ਼ਿੰਦਗੀ ਦੇ ਦਿੱਤੀ ਕਿ ਉਹ ਜਦ ਤੱਕ ਧਰਤੀ ਦੇ ਵਿੱਚ ਆਖਰੀ ਇਨਸਾਨ ਵੀ ਰਹੂਗਾ, ਸਾਹਿਬਜ਼ਾਦਿਆਂ ਦਾ ਨਾਮ ਉਹ ਜਪਦੇ ਰਹਿਣਗੇ ਇੱਥੇ। ਸੋ ਇਹ ਰੱਬ ਦਾ ਕੰਮ ਆ ਵੀ ਅਸੀਂ ਰੱਬ ਨੂੰ ਸਿਸਟਮ ਨੂੰ ਸਮਝ ਕੇ, ਤਿਆਗ ਦੀ ਭਾਵਨਾ ਰੱਖ ਕੇ ਕੰਮ ਕਰੀਏ ਤਾਂ ਰੱਬ ਸਾਨੂੰ ਕਈ ਗੁਣਾ ਵੱਧ ਅੱਗੇ ਚੀਜ਼ਾਂ ਦਿੰਦਾ। ਹੁਣ ਉਦੋਂ ਪਿਰਥੀ ਚੰਦ ਕੋਲ ਔਫਰ ਸੀ, ਧੀਰਮੱਲ ਨੂੰ ਔਫਰ ਮਿਲ ਗਿਆ, ਜਾਂ ਹੋਰ ਜਿਹੜੇ ਉਦੋਂ ਗੁਰੂਆਂ ਦੇ ਨਾਲ ਸੀ ਧੋਖਾ ਕਰਕੇ ਗਏ, ਉਹਨਾਂ ਨੂੰ ਵੀ ਔਫਰ ਮਿਲੇ ਸੀ, ਉਹ ਟੈਂਪਰੇਰੀ ਛੋਟੇ ਛੋਟੇ ਔਫਰਾਂ ਦੇ ਉੱਪਰ ਬੇਈਮਾਨ ਹੋ ਗਏ। ਅੱਜ ਉਹ ਕਿੱਥੇ ਨੇ? ਕੋਈ ਲੱਭਦਾ ਉਹਨਾਂ ਦੇ ਵਿੱਚੋਂ? ਕੋਈ ਨਹੀਂ ਲੱਭਦਾ। ਇਸ ਕਰਕੇ ਰੱਬ ਦੇ ਨਾਂ 'ਤੇ, ਰੱਬ ਦੇ ਕਰਮਾਂ ਦੇ ਉੱਪਰ ਭਰੋਸਾ ਰੱਖ ਕੇ ਚੱਲੋ। ਸੇਵਾ ਭਾਵਨਾ, ਜਿਹੜਾ ਵੀ ਕੰਮ ਤੁਸੀਂ ਕਰਨਾ ਆ ਉਹ ਸੇਵਾ ਭਾਵਨਾ ਦੇ ਨਾਲ ਕਰੋ। ਤੁਸੀਂ ਇਹ ਸੋਚੋ ਕਿ ਅਸੀਂ ਰੱਬ ਦਾ ਹੀ ਕੰਮ ਕਰ ਰਹੇ ਹਾਂ, ਤੁਹਾਨੂੰ ਨਤੀਜੇ ਜਿਹੜੇ ਆ ਬੜੇ ਹੈਰਾਨੀਜਨਕ ਔਰ ਦਿਨਾਂ ਦੇ ਵਿੱਚ ਨਤੀਜੇ ਮਿਲਣਗੇ, ਔਰ ਤੁਸੀਂ ਹੈਰਾਨ ਹੋ ਜਾਓਗੇ ਕਿ ਅਸੀਂ ਅੱਜ ਤੱਕ ਇੰਨੀਆਂ ਗਲਤੀਆਂ ਕੀਤੀਆਂ, ਰੱਬ ਨੂੰ ਅੱਖਾਂ ਤੋਂ ਓਹਲੇ ਕਰਕੇ ਸੀ ਹੁਣ ਤੱਕ ਭਟਕੇ ਰਹੇ। ਔਰ ਜ਼ਿੰਦਗੀ ਤੁਹਾਨੂੰ ਇੰਨਾ ਕੁ ਜ਼ਿਆਦਾ ਹੈਰਾਨ ਕਰੂਗਾ ਕਿ ਤੁਸੀਂ ਵੀ ਕਹੋਗੇ ਰੱਬਾ ਰੱਬਾ। ਵੀ ਪਹਿਲਾਂ ਆਪਾਂ ਕਹਿੰਦੇ ਸੀ ਕਿ ਇੰਨੇ ਕੁ ਦੁੱਖ ਆ ਰਿਹਾ ਸੀ, ਕਹਿੰਦੇ ਕਿ ਰੱਬਾ ਸਾਹ ਤਾਂ ਲੈ ਲੈਣ ਦੇ, ਦੁੱਖ ਹੀ ਦੇਈ ਜਾਂਦਾ। ਹੁਣ ਇਹ ਚੀਜ਼ ਤੋਂ ਬਾਅਦ ਕੀ ਹੋਊਗਾ ਕਿ ਅਸੀਂ ਕਹਾਂਗੇ ਰੱਬਾ ਇੰਨਾ ਸੁੱਖ, ਰੱਬਾ ਆ ਵੀ ਕੁਛ ਹੁੰਦਾ ਸੀ। ਅਸੀਂ ਆਪਣੀ ਆਪ ਨੂੰ ਜਦੋਂ ਪਛਾਣ ਲਿਆ ਨਾ, ਅਸੀਂ ਆਪਣੀ ਉਹ ਐਨਰਜੀ ਨੂੰ ਜਦੋਂ ਪਛਾਣ ਲਿਆ, ਅਸੀਂ ਜਿਹੜੇ ਰੱਬ ਦੇ ਸਹੀ ਲਾਅ ਆਫ ਨੇਚਰ ਨੂੰ ਜਦੋਂ ਪਛਾਣ ਲਿਆ, ਉਦੋਂ ਸਾਰਾ ਕੁਛ ਹੀ ਚੇਂਜ ਹੋ ਜਾਣਾ। ਔਰ ਇੰਨੇ ਹੈਰਾਨੀਜਨਕ ਤਰੀਕੇ ਨਾਲ ਚੇਂਜ ਹੋਣਾ ਕਿ ਅਸੀਂ ਮਤਲਬ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਹੋਣਾ ਕਿ ਅਸੀਂ ਹੁਣ ਕਰੀਏ ਵੀ ਕੀ, ਬੋਲੀਏ ਵੀ ਕੀ। ਇੱਥੇ ਇਸ ਕੰਮ ਨੂੰ ਕਰਨ ਦੇ ਵਿੱਚ ਝਿਜਕੋ ਨਾ, ਸੰਘੋ ਨਾ। ਅਸੀਂ ਕਰਦੇ ਕਿ ਹੁਣ ਮੰਨ ਲਓ ਇੱਕ ਸ਼ਰਾਬੀ ਆ, ਕੋਈ ਨਸ਼ੇ ਕਰਦਾ, ਉਹ ਕਈ ਗਲਤੀਆਂ ਕਰ ਜਾਂਦਾ ਹੈ ਨਸ਼ਾ ਕਰਕੇ, ਸ਼ਰਾਬ ਪੀ ਕੇ, ਉਹ ਫਿਰ ਵੀ ਨਹੀਂ ਸੰਗਦਾ, ਅਗਲੇ ਦਿਨ ਫਿਰ ਪੀ ਲੈਂਦਾ ਹੈ। ਅਸੀਂ ਕੋਈ ਮਾੜਾ ਕਰਨਾ ਆ? ਅਸੀਂ ਉਹ ਸ਼ਰਾਬੀ ਵਾਂਗੂ ਕੋਈ ਗਲਤੀਆਂ ਤਾਂ ਨਹੀਂ ਕਰਨੀਆਂ? ਅਸੀਂ ਕੋਈ ਨਾਲੀਆਂ 'ਚ ਤਾਂ ਨਹੀਂ ਡਿੱਗਣਾ? ਅਸੀਂ ਕੋਈ ਕਲੰਕ ਤਾਂ ਨਹੀਂ ਲਵਾਉਣਾ ਆਪਣੇ ਆਪ 'ਤੇ? ਅਸੀਂ ਪਿਆਰ ਵੰਡਣਾ ਨਾ? ਹੁਣ ਗੁਰੂ ਸਾਹਿਬ ਵਾਰ ਵਾਰ ਕਹਿ ਰਿਹਾ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਓ, ਅਸੀਂ ਤਾਂ ਇਹ ਕਰਨਾ ਆ। ਉਹ ਪਿਆਰ ਦਾ ਬੀਜ ਬੀਜੋ, ਕਈ ਗੁਣਾ ਵੱਧ ਹੋ ਕੇ ਨਿਕਲੇਗਾ। ਜਿੰਨੀ ਨਫ਼ਰਤ ਕਰ ਲਓਗੇ ਉਨੀ ਨਫ਼ਰਤ ਵਧੀ ਜਾਣੀ, ਜਿੰਨਾ ਪਿਆਰ ਤੁਸੀਂ ਵੰਡ ਦੋਗੇ ਵਧਾ ਲਓਗੇ। ਸਭ ਤੋਂ ਪਹਿਲਾਂ ਸਟਾਰਟਿੰਗ ਹੀ ਆਪਣੇ ਪਰਿਵਾਰਾਂ ਤੋਂ ਕਰ ਲਓ, ਘਰ ਤੋਂ ਕਰ ਲਓ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਆਪੇ ਹੋ ਜਾਣਾ ਹੈ, ਆਪਣੇ ਆਪ ਤੋਂ ਕਰ ਲਓ ਸਟਾਰਟਿੰਗ, ਉਹਦੀ ਸਾਰਾ ਕੁਝ ਚੇਂਜ ਹੋਣ ਲੱਗ ਜਾਣਾ। ਅਸੀਂ ਪਹਿਲਾਂ ਤਾਂ ਆਪਣੀ ਗਲਤੀ ਦਾ ਮੰਨੀਏ, ਆਪਣੀ ਗਲਤੀ ਦਾ ਅਹਿਸਾਸ ਤਾਂ ਕਰੀਏ ਕਿ ਅਸੀਂ ਕਿੱਥੇ ਗਲਤਾਂ, ਕਿਵੇਂ ਗਲਤਾਂ, ਕੀ ਅਸੀਂ ਕਰ ਸਕਦੇ ਹਾਂ ਚੰਗਾ, ਉਹ ਨਹੀਂ ਅਸੀਂ ਕਰ ਰਹੇ, ਜਿਹੜਾ ਅਸੀਂ ਮਿਸਿੰਗ ਪਾਰਟ ਆ, ਜਿਹੜੇ ਖਾਲੀ ਸਥਾਨ ਨੇ, ਜਿਹੜੇ ਫਿਲ ਗੈਪ ਰਹਿ ਗਏ ਨੇ, ਉਹ ਫਿਲ ਕਿਵੇਂ ਕਰਨੇ ਆ, ਉਹ ਚੀਜ਼ਾਂ ਜਦ ਤੱਕ ਅਸੀਂ ਨਹੀਂ ਸਮਝਦੇ ਅਸੀਂ ਅੱਗੇ ਨਹੀਂ ਵੱਧ ਸਕਦੇ। ਕਾਲਾ ਕਾਂ ਹੰਸ ਤਾਂ ਹੀ ਬਣੂਗਾ ਨਾ ਜੇ ਉਹ ਪਹਿਲਾਂ ਡਿਕਲੇਅਰ ਕਰੂਗਾ ਕਿ ਉਹ ਕਾਲਾ ਕਾਂ ਆ, ਜੇ ਉਹ ਪਹਿਲਾਂ ਹੀ ਜਾ ਕੇ ਚਿੱਟੇ ਹੰਸਾਂ ਦੀ ਲਾਈਨ ਦੇ ਵਿੱਚ ਜਾ ਕੇ ਖੜ੍ਹ ਜੇ ਤਾਂ ਉਹਨੂੰ ਕੌਣ ਹੰਸ ਕਰ ਦੂਗਾ, ਚਿੱਟਾ ਹੰਸ ਕਰ ਦੂਗਾ? ਉਹ ਤਾਂ ਡਿਕਲੇਅਰ ਹੀ ਨਹੀਂ ਕਰ ਰਿਹਾ, ਪਹਿਲਾਂ ਹੀ ਬੇਈਮਾਨੀ ਦਿਖਾ ਰਿਹਾ ਕਿ ਮੈਂ ਤਾਂ ਜੀ ਹੰਸ ਹਾਂ। ਆਪਣੇ ਆਪ ਨੂੰ ਪਹਿਲਾਂ ਡਿਕਲੇਅਰ ਕਰੋ,
ਜਦੋਂ ਡਿਕਲੇਅਰ ਕਰਦੇ ਹਾਂ ਨਾ, ਦੱਸ ਦਿੰਦੇ ਹਾਂ ਕਿ ਅਸੀਂ ਕੀ ਹਾਂ, ਕਿੱਥੇ ਕਿੱਥੇ ਗਲਤ ਹਾਂ, ਉਦੋਂ ਸਾਡੀਆਂ ਕਰੈਕਸ਼ਨਸ ਜਿਹੜੀਆਂ ਨੇ ਆਟੋਮੈਟਿਕਲੀ ਕੁਦਰਤ ਦਾ ਇੱਕ ਤਰੀਕਾ ਆ ਉਹ ਹੋਣ ਲੱਗ ਜਾਂਦਾ। ਕਿਤੇ ਸਰੀਰ 'ਤੇ ਜ਼ਖਮ ਹੋ ਜਾਏ ਨਾ ਤਾਂ ਸਾਡਾ ਇਮਿਊਨ ਸਿਸਟਮ ਇਮੀਡੀਏਟਲੀ ਕੰਮ ਕਰਨ ਲੱਗ ਜਾਂਦਾ ਵੀ ਉਹ ਜ਼ਖਮ ਨੂੰ ਭਰਨ ਵਾਸਤੇ। ਸੋ ਇਸੇ ਤਰੀਕੇ ਨਾਲ ਸਾਡੀਆਂ ਗਲਤੀਆਂ ਸਾਡੇ ਕਰੈਕਸ਼ਨਸ ਨੂੰ ਫਿਲ ਕਲੀਅਰ ਕਰਨ ਵਾਸਤੇ ਕੁਦਰਤ ਆਪਣੇ ਕੰਮ 'ਤੇ ਲੱਗ ਜਾਊਗੀ, ਬੜੀ ਇਮਾਨਦਾਰੀ ਨਾਲ ਲੱਗੂਗੀ। ਜਿੰਨੀ ਇਮਾਨਦਾਰੀ ਅਸੀਂ ਕੁਦਰਤ ਪ੍ਰਤੀ, ਰੱਬ ਪ੍ਰਤੀ, ਸਮਾਜ ਪ੍ਰਤੀ, ਲੋਕਾਂ ਪ੍ਰਤੀ ਦਿਖਾਵਾਂਗੇ, ਉਨੀ ਹੀ ਇਮਾਨਦਾਰੀ ਨਾਲ ਕੁਦਰਤ ਸਾਡੇ ਕੰਮ ਕਰਨ ਲੱਗ ਜੂਗੀ। ਪਰ ਹੁੰਦਾ ਵੀ ਕੀ ਹੈ ਕਿ ਅਸੀਂ ਜ਼ਿਆਦਾਤਰ ਬਣਾਵਟੀ ਜ਼ਿੰਦਗੀ ਜੀ ਰਹੇ ਹੁੰਦੇ ਹਾਂ। ਅਸੀਂ ਜਿਹੜੇ ਕਮੈਂਟਸ ਲੈਂਦੇ ਹਾਂ ਕੱਪੜਿਆਂ 'ਤੇ ਲੈ ਰਹੇ, ਕਿਉਂਕਿ ਮੇਰੀ ਕੱਪੜਿਆਂ ਦੀ ਤਾਰੀਫ ਕਰੇ, ਮੇਰੀ ਗੱਡੀ ਦੀ ਤਾਰੀਫ ਕਰੇ, ਮੇਰੇ ਕਿਸੇ ਹੋਰ ਚੀਜ਼ ਦੀ ਤਾਰੀਫ ਕਰ ਲਏ, ਮੇਰੇ ਮੇਕਅਪ ਦੀ ਤਾਰੀਫ ਕਰ ਲਏ, ਇਹੋ ਜਿਹੀਆਂ ਚੀਜ਼ਾਂ ਦੇ ਪਿੱਛੇ ਅਸੀਂ ਪਏ ਹੋਏ ਹਾਂ। ਘਰੋਂ ਬਾਹਰ ਨਿਕਲਣ ਲੱਗੇ ਅਸੀਂ 150 ਵਾਰ ਸ਼ੀਸ਼ਾ ਦੇਖਦੇ ਹਾਂ, ਪਤਾ ਨਹੀਂ ਕੋਈ ਕਮੀ ਤਾਂ ਨਹੀਂ ਰਹਿ ਗਈ। ਕਰਨਾ ਅਸੀਂ ਕੀ ਸੀ, ਜਿਹੜੀਆਂ ਇਹ ਆਰਟੀਫਿਸ਼ਲ ਚੀਜ਼ਾਂ ਦੇ ਉੱਪਰ ਕਮੈਂਟਸ ਲੈਣ ਦੀ ਲੋੜ ਨਹੀਂ ਸੀ ਸਾਨੂੰ। ਅਸੀਂ ਕਮੈਂਟਸ ਲੈਣੇ ਸੀ, ਅਸੀਂ ਪ੍ਰਸ਼ੰਸਾ ਕਰਾਉਣੀ ਸੀ, ਅਸੀਂ ਤਾਰੀਫਾਂ ਕਰਵਾਉਣੀਆਂ ਸੀ, ਕਿਰਦਾਰ ਦੀਆਂ ਕਰਵਾਉਣੀਆਂ ਸੀ, ਜਿੱਥੇ ਸਾਡੇ ਰੱਬ ਵੱਸਦਾ ਆ। ਉਹ ਚੀਜ਼ ਨੂੰ ਜਿੰਨਾ ਤੁਸੀਂ ਖੁੱਲ੍ਹਾ ਮਾਹੌਲ ਦਿਓਗੇ, ਜਿੰਨਾ ਤੁਸੀਂ ਪਿਆਰ ਦਾ ਮਾਹੌਲ ਦਿਓਗੇ, ਉਨੀ ਤੁਹਾਡੀ ਉਹ ਚੀਜ਼ ਵੱਧਦੀ ਰਹਿਣੀ ਹੈ, ਉਹ ਘੱਟਦੀ ਨਹੀਂ ਆ। ਇਸ ਕਰਕੇ ਜਿਹੜੀ ਜ਼ਿੰਦਗੀ ਹੈ ਨਾ, ਅਸਲ ਜ਼ਿੰਦਗੀ ਜੀਓ, ਅਸਲ ਢੰਗ ਤਰੀਕੇ ਨਾਲ ਜੀਓ, ਰੱਬ ਨੂੰ ਹਰ ਇੱਕ ਥਾਂ 'ਤੇ ਦੇਖੋ, ਸੇਵਾ ਭਾਵਨਾ ਰੱਖੋ, ਕੁਰਬਾਨੀ ਦੀ, ਤਿਆਗ ਦੀ ਭਾਵਨਾ ਰੱਖੋ। ਰੱਬ ਉਹ ਚੀਜ਼ਾਂ ਨੂੰ ਖਾਲੀ ਨਹੀਂ ਮੋੜਦਾ, ਕਦੇ ਵੀ ਨਹੀਂ ਮੋੜਦਾ, ਇਹ ਕੁਦਰਤ ਦਾ ਨਿਯਮ ਆ। ਹੁਣ ਆਪਾਂ ਫੋਰ ਐਗਜ਼ਾਮਪਲ, ਕਿਸਾਨ ਕੋਲ ਬੀਜ ਆ, ਜੇ ਉਹ ਤਿਆਗ ਹੀ ਨਾ ਕਰੇ ਬੀਜ ਦਾ, ਬੀਜ ਨੂੰ ਫੜ ਕੇ ਰੱਖੇ ਕਿ ਨਹੀਂ ਇਹ ਤਾਂ ਮੈਂ ਖਾਣਾ, ਮੈਂ ਪਰਸੋਂ ਨੂੰ ਕੀ ਖਾਊਂਗਾ, ਮੇਰੇ ਬੱਚੇ ਕੀ ਖਾਣਗੇ, ਮੈਂ ਭੁੱਖਾ ਮਰ ਜੂੰਗਾ, ਤਾਂ ਕੀ ਦੁਬਾਰਾ ਫਸਲ ਹੋ ਸਕਦੀ ਹੈ? ਕਦੇ ਵੀ ਨਹੀਂ ਹੋਣੀ। ਬੀਜ ਤਾਂ ਪਾਉਣਾ ਪਊਗਾ ਨਾ, ਇਹੀ ਇੱਕ ਸਿਸਟਮ ਆ। ਅਸੀਂ ਉਹ ਬੀਜ ਪਾ ਦਿਓ, ਪਿਆਰ ਦਾ ਬੀਜ ਆ, ਗੁਰਬਾਣੀ ਨਾਲੇ ਖੁਦ ਕਹਿ ਰਹੀ ਆ, ਗੁਰੂ ਸਾਹਿਬ ਖੁਦ ਕਹਿ ਰਹੇ ਆ ਕਿ ਪ੍ਰੇਮ ਦਾ ਬੀਜ ਬੀਜੋ, ਉਹਦਾ ਰਿਜ਼ਲਟ ਸਾਨੂੰ ਡੈਫੀਨੇਟਲੀ ਮਿਲਣਾ ਹੈ। ਹੁਣ ਕੁਝ ਸਵਾਲ ਵੀ ਆਏ ਸੀ ਪਿਛਲੀ ਵੀਡੀਓ ਤੋਂ ਬਾਅਦ, ਸਵਾਲ ਤਾਂ ਕਾਫੀ ਸਾਰੇ ਆਏ ਸੀ, ਪਰ ਹੁਣ ਮੈਂ ਇੱਕ ਸਵਾਲ ਉਹਦੇ ਵਿੱਚੋਂ ਲੈ ਰਿਹਾ, ਜਿਹੜਾ ਕਿ ਵਾਰ ਵਾਰ ਉਹਦੀ ਡਿਮਾਂਡ ਆਈ ਸੀ, ਵਾਰ ਵਾਰ ਉਹਦੀ ਗੱਲ ਕੀਤੀ ਗਈ ਸੀ ਕਿ ਬੱਚੇ ਜਿਹੜੇ ਆ ਮੋਬਾਈਲ ਨੂੰ ਬਹੁਤ ਯੂਜ਼ ਕਰਦੇ ਆ, ਵੀਡੀਓ ਗੇਮਸ ਖੇਡਦੇ ਜਾਂ ਹੋਰ ਕਿਸੇ ਤਰੀਕੇ ਨਾਲ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ, ਇਸ ਕਰਕੇ ਕਈ ਮਾਵਾਂ ਜਾਂ ਦਾਦੀਆਂ ਪਰੇਸ਼ਾਨ ਨੇ, ਮਾਂ ਪਿਓ ਪਰੇਸ਼ਾਨ ਨੇ। ਮੈਂ ਇੰਨੀ ਕੁ ਗੱਲ ਕਹਿ ਸਕਦਾ ਕਿ ਮੇਰਾ, ਪਹਿਲੀ ਗੱਲ ਤਾਂ ਬੱਚਿਆਂ ਨਾਲ ਕੋਈ ਡਾਇਰੈਕਟਲੀ ਕਨੈਕਟੀਵਿਟੀ ਨਹੀਂ ਹੈਗੀ, ਕਿਉਂਕਿ ਮੈਂ ਅਨਮੈਰਿਡ ਹਾਂ, ਪਰ ਮੇਰੇ ਚਲੋ ਭਾਣਜੇ ਹੈਗੇ ਆ ਜਾਂ ਹੋਰ ਰਿਸ਼ਤੇਦਾਰਾਂ 'ਚ ਭਤੀਜੇ, ਇੱਦਾਂ ਕਰਕੇ ਚਲੋ ਮੇਰੀ ਕਨੈਕਟੀਵਿਟੀ ਡਾਇਰੈਕਟ ਜਾਂ ਇਨਡਾਇਰੈਕਟਲੀ ਹੈਗੀ ਬੱਚਿਆਂ ਨਾਲ, ਪਰ ਬਹੁਤ ਜ਼ਿਆਦਾ ਨਹੀਂ ਹੈਗੀ। ਪਰ ਇੱਥੇ ਮੈਂ ਇੱਕ ਨਾ ਢੰਗ ਤੁਹਾਨੂੰ ਸਿੰਪਲ ਜਿਹਾ ਦੱਸਦਾ, ਔਰ ਮੈਨੂੰ ਲੱਗਦਾ ਕਿ ਡੈਫੀਨੇਟਲੀ ਇਹ ਤਰੀਕਾ ਕੰਮ ਕਰ ਸਕਦਾ ਆ। ਉਹ ਕੀ ਆ ਕਿ ਜਿਵੇਂ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਚੀਜ਼ਾਂ ਜਦੋਂ ਖੋਲ੍ਹਦੇ ਹਾਂ ਤਾਂ ਉਹਦਾ ਰਿਐਕਸ਼ਨ ਹੁੰਦਾ ਆ, ਐਕਸ਼ਨ ਦਾ ਰਿਐਕਸ਼ਨ ਹੁੰਦਾ ਆ। ਜੇ ਅਸੀਂ ਬੱਚੇ ਕੋਲ ਮੋਬਾਈਲ ਖੋਵਾਂਗੇ ਨਾ ਤਾਂ ਉਹਦਾ ਉਹ ਬੱਚਾ ਹੋਰ ਜ਼ਬਰਦਸਤੀ ਰਿਐਕਸ਼ਨ ਕਰੂਗਾ, ਸਾਡੇ ਨਾਲ ਲੜੂਗਾ, ਜਾਂ ਸਾਡੇ ਪ੍ਰਤੀ ਉਹ ਮਾੜੀ ਭਾਵਨਾ ਵੀ ਰੱਖ ਸਕਦਾ ਕਿ ਮੇਰੇ ਤੋਂ ਮੋਬਾਈਲ ਖੋਹ ਲਿਆ। ਕਰਨਾ ਕੀ ਆ ਕਿ ਬੱਚੇ ਨਾਲ ਇੱਕ ਸੋਚ ਸਮਝ ਕੇ ਇੰਟੈਂਸ਼ਨਲੀ ਪੂਰੀ ਪਲੈਨਿੰਗ ਦੇ ਨਾਲ ਬੱਚੇ ਨਾਲ ਇੱਕਮਿਕ ਹੋ ਜਾਓ, ਉਹਦੇ ਨਾਲ ਇੰਨੇ ਕੁ ਜ਼ਿਆਦਾ ਫਰੈਂਡਲੀ ਹੋ ਜਾਓ ਕਿ ਉਹਨੂੰ ਪਤਾ ਨਾ ਲੱਗੇ ਕਿ ਅਸੀਂ ਕਿਸ ਪਰਪਸ ਲਈ ਉਹਦੇ ਨਾਲ ਇੰਨੇ ਜ਼ਿਆਦਾ ਨੇੜੇ ਹੋਏ ਹਾਂ। ਉਹਨੂੰ ਅਹਿਸਾਸ ਨਾ ਹੋਣ ਦਿਓ, ਬੱਚੇ ਨੂੰ ਉਹਦੇ ਵਿੱਚ ਰੱਬ ਫੀਲ ਕਰੋ, ਬੱਚਾ ਖੇਡ ਰਿਹਾ ਉਹ ਦੇਖੋ ਵੀ ਰੱਬ ਖੇਡ ਰਿਹਾ, ਕਿਉਂਕਿ ਉਹਦੇ ਅੰਦਰ ਐਨਰਜੀ ਤਾਂ ਰੱਬ ਦੀ ਹੈ ਨਾ, ਉਹਦੇ ਨਾਲ ਉਵੇਂ ਹੀ ਖੇਡਣਾ ਸ਼ੁਰੂ ਕਰ ਦਿਓ। 15 ਦਿਨ, ਮਹੀਨਾ, 2 ਮਹੀਨੇ ਲੱਗ ਸਕਦੇ ਆ ਉਹਦੇ ਨਾਲ ਪੂਰਾ ਮਤਲਬ ਫਰੈਂਡਲੀ ਇੱਕ ਟਾਈ ਅਪ ਕਰਨ ਲਈ। ਜਦੋਂ ਇਹ ਚੀਜ਼ ਹੋ ਗਈ ਤਾਂ ਫਿਰ ਤੁਸੀਂ ਬੱਚੇ ਕੋਲ ਮੋਬਾਈਲ ਨਾ ਖੋਵੋ, ਉਹਨੂੰ ਮੋਬਾਈਲ ਚਲਾਉਣਾ ਸਿਖਾ ਦਿਓ। ਮੋਬਾਈਲ ਦੇ ਵਿੱਚ ਜ਼ਰੂਰੀ ਨਹੀਂ ਕਿ ਅਸੀਂ ਵੀਡੀਓ ਗੇਮਸ ਹੀ ਦੇਖਣਾ ਜਾਂ ਯੂਟਿਊਬ ਦੇਖਣੀ ਹੈ ਜਾਂ ਹੋਰ ਚੀਜ਼ਾਂ, ਬਹੁਤ ਕੁਛ ਸਟੱਡੀ ਕਰਨ ਨੂੰ ਵੀ ਆ, ਉੱਥੇ ਪੜ੍ਹ ਵੀ ਸਕਦੇ ਹਾਂ, ਜਾਂ ਜਿਹੜੀਆਂ ਚੀਜ਼ਾਂ ਬਹੁਤ ਕੁਛ ਉੱਥੇ ਇਹੋ ਜਿਹਾ ਹੈਗਾ ਕਿ ਜਿਹਦੇ ਨਾਲ ਅਸੀਂ ਬੱਚਿਆਂ ਦਾ ਜਿਹੜਾ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਕਿ ਤਾਂ ਕਿ ਉਹ ਆਪਣੇ ਆਪ ਨੂੰ ਪਛਾਣ ਲੈਣ ਜਾਂ ਕੋਈ ਚੰਗੀਆਂ ਚੀਜ਼ਾਂ ਦੇਖ ਕੇ। ਤਾਂ ਉਹਦੇ ਵਿੱਚ ਇੱਕ ਗੱਲ ਦਾ ਹੋਰ ਖਿਆਲ ਰੱਖਿਆ ਜਾਵੇ ਕਿ ਜਿਹੜੀਆਂ ਚੀਜ਼ਾਂ ਇੱਕ ਮੰਨ ਲਓ ਕੋਈ ਬਜ਼ੁਰਗ ਆ ਜਾਂ ਕੋਈ ਮਾਂ ਨੂੰ ਆਪਣੇ ਹਿਸਾਬ ਨਾਲ ਵਧੀਆ ਲੱਗਦੀ, ਬੱਚਿਆਂ ਨੂੰ ਉਹ ਚੀਜ਼ਾਂ ਵਧੀਆ ਨਹੀਂ ਲੱਗਦੀਆਂ, ਕਿਉਂਕਿ ਇੱਕ ਜਨਰੇਸ਼ਨ ਦਾ ਗੈਪ ਉਹਦੇ ਵਿੱਚ ਪਿਆ ਹੋਇਆ।
ਉਹ ਗੈਪ ਨੂੰ ਸਮਝਦੇ ਹੋਏ, ਜਨਰੇਸ਼ਨ ਦੇ ਗੈਪ ਨੂੰ ਫਿਰ ਚੀਜ਼ਾਂ ਬੱਚੇ ਸਾਹਮਣੇ ਰੱਖੋ ਤਾਂ ਕਿ ਬੱਚੇ ਦਾ ਇੰਟਰਸਟ ਜਿਹੜਾ ਉਹ ਚੀਜ਼ ਦੇ ਵਿੱਚ ਬਣਿਆ ਰਹੇ ਔਰ ਉਹ ਚੀਜ਼ ਜਿਹੜੀ ਆ ਇੱਕ ਯੂਜ਼ਫੁੱਲ ਹੋ ਜਾਵੇ, ਨਾ ਕਿ ਉਹਦਾ ਮਿਸਯੂਜ਼ ਹੋਵੇ। ਸੋ ਇਸ ਤਰੀਕੇ ਨਾਲ ਅਸੀਂ ਖਹਿੜਾ ਛਡਾ ਸਕਦੇ ਹਾਂ, ਔਰ ਜਿਵੇਂ ਅਸੀਂ ਕਹਾਂਗੇ ਨਾ, ਜੇ ਅਸੀਂ ਬੱਚੇ ਨੂੰ ਭਰੋਸੇ 'ਚ ਲੈ ਲਿਆ, ਕਾਮਯਾਬ ਹੋ ਗਏ। ਹੁਣ ਇਹ ਢੰਗ ਤਰੀਕੇ ਦੇਖੋ, ਤੁਸੀਂ ਦੇਖਣਾ ਹਰ ਇੱਕ ਦਾ ਇਨਸਾਨ ਦਾ ਸੁਭਾਅ ਅਲੱਗੋ ਅਲੱਗ ਆ, ਉਹਨੂੰ ਡੀਪਲੀ ਸਟੱਡੀ ਕਰੋ, ਉਹਦੇ ਖਾਣ ਦਾ ਤਰੀਕਾ ਦੇਖੋ, ਉਹਦੇ ਸੌਣ ਦਾ ਤਰੀਕਾ ਦੇਖੋ, ਉਹਦੇ ਬੋਲਣ ਦਾ ਤਰੀਕਾ ਦੇਖੋ, ਬੱਚੇ ਦੀ ਉਹਨੂੰ ਕਿਹੜੀ ਚੀਜ਼ ਵਧੀਆ ਲੱਗਦੀ ਹੈ। ਚੀਜ਼ਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ, ਉਹ ਕਿਹੜੀ ਚੀਜ਼ 'ਤੇ ਗੁੱਸਾ ਕਰਦਾ ਹੈ, ਕਿਹੜੀ ਚੀਜ਼ 'ਤੇ ਹੱਸਦਾ ਆ, ਕਿਹੜੀ ਚੀਜ਼ ਨੂੰ ਜ਼ਿਆਦਾ ਖੇਡਣ 'ਚ ਵਧੀਆ ਲੱਗਦੀ ਆ, ਕਿਹੜੇ ਵਿਅਕਤੀ ਪ੍ਰਤੀ ਉਹ ਜ਼ਿਆਦਾ ਇਮੋਸ਼ਨਲ ਆ, ਕਿਹੜੇ ਵਿਅਕਤੀ ਪ੍ਰਤੀ ਉਹ ਥੋੜ੍ਹਾ ਗੁੱਸੇ 'ਚ ਵੀ ਆ ਜਾਂਦਾ ਕਿ ਮੈਂ ਉਹਦੇ ਨਾਲ ਗੱਲ ਨਹੀਂ ਕਰਨੀ। ਇਹ ਸਾਰਾ ਕੁਝ ਨੋਟ ਕਰਕੇ ਨਾ ਇੱਕ ਪੈਟਰਨ ਬਣਾਉਣਾ ਪੈਂਦਾ ਹੈ, ਉਹਦੇ ਹਿਸਾਬ ਨਾਲ ਤੁਸੀਂ ਫਿਰ ਅੱਗੇ ਚੀਜ਼ਾਂ ਸੌਖੇ ਤਰੀਕੇ ਨਾਲ ਸਮਝ ਕੇ ਮੂਵ ਕਰ ਸਕਦੇ ਹੋ, ਤਾਂ ਕਿ ਬੱਚੇ ਨੂੰ ਅਹਿਸਾਸ ਵੀ ਨਾ ਹੋਵੇ, ਉਹ ਤੁਹਾਡੇ ਪ੍ਰਤੀ ਨਫ਼ਰਤ ਵੀ ਨਾ ਰੱਖੇ ਜਦੋਂ ਤੁਸੀਂ ਉਹਦੇ ਕੋਲੋਂ ਕੋਈ ਚੀਜ਼ ਵਾਪਸ ਲਓ, ਤਾਂ ਇੱਕ ਕੰਮ ਵੀ ਹੋ ਜਾਵੇ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਆਪਾਂ ਕੋਈ ਚੀਜ਼ ਦੇਣੀ ਹੈ ਜਾਂ ਲੈਂਦੇ ਵੀ ਹੈ ਨਾ ਕਿਸੇ ਤੋਂ, ਉਹਨੂੰ ਕਈ ਗੁਣਾ ਵੱਧ ਦਿਓ। ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪੈਸੇ ਹੀ ਦਾਨ ਕਰਨੇ ਜਾਂ ਕੋਈ ਉਹੋ ਜਿਹੀ ਚੀਜ਼ ਦਾਨ ਕਰਨੀ ਆ, ਚੀਜ਼ ਦੀ ਵੈਲਿਊ ਹੋਵੇ, ਵੈਲਿਊ ਦੇ ਹਿਸਾਬ ਨਾਲ ਉਹਨੂੰ 10 ਗੁਣਾ, 20 ਗੁਣਾ, 50 ਗੁਣਾ ਵੱਧ ਦਾਨ ਕਰੋ ਕਿ ਉਹਦਾ ਅਹਿਸਾਸ ਹੋਵੇ ਕਿ ਹਾਂ ਮੈਨੂੰ ਅੱਜ ਕੋਈ ਚੀਜ਼ ਮਿਲੀ ਹੈ। ਸੋ ਇਹ ਅਹਿਸਾਸ ਜੇ ਤੁਸੀਂ ਬੱਚਿਆਂ ਨੂੰ ਕਰਾ ਦਿੰਦੇ ਹੋ ਤਾਂ ਡੈਫੀਨੇਟਲੀ ਉਹ ਵੀਡੀਓ ਗੇਮਸ ਜਾਂ ਮੋਬਾਈਲ ਤੋਂ ਦੂਰ ਤਾਂ ਨਹੀਂ ਹੋਣਗੇ, ਚਲੋ ਕਿਉਂਕਿ ਮੋਬਾਈਲ ਆ ਇਸ ਦੀ ਲੋੜ ਆ, ਪਰ ਇੱਕ ਜਿਹੜੀ ਚੀਜ਼ ਹੈ ਟੈਕਨੀਕ ਆ ਉਹਨੂੰ ਯੂਜ਼ਫੁੱਲ ਤਰੀਕੇ ਨਾਲ ਵਧੀਆ ਵੇ ਦੇ ਨਾਲ ਯੂਜ਼ ਕਰਨ ਲੱਗ ਜਾਣਗੇ ਔਰ ਕੋਈ ਨੁਕਸਾਨ ਵੀ ਨਹੀਂ ਹੋਊਗਾ ਉਹ ਚੀਜ਼ ਦਾ। ਸੋ ਜੇ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਪਲੀਜ਼ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਇਨਸਾਨ ਦਾ ਵੀ ਭਲਾ ਹੋ ਸਕੇ, ਔਰ ਜੇ ਕੋਈ ਕਮੀ ਆ, ਕੋਈ ਸੁਝਾਅ ਵੀ ਦੇਣਾ ਤਾਂ ਖੁੱਲ੍ਹ ਕੇ ਦੱਸੋ ਤਾਂ ਕਿ ਆਪਾਂ ਉਹ ਚੀਜ਼ ਨੂੰ ਹੋਰ ਅੱਗੇ ਇੰਪਰੂਵ ਕਰ ਸਕੀਏ ਔਰ ਬੈਟਰ ਵੇ ਦੇ ਨਾਲ ਆਪਾਂ ਇੱਕ ਸਿਸਟਮ ਨੂੰ ਵਧੀਆ ਕਰਨ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾ ਸਕੀਏ। ਥੈਂਕ ਯੂ।